ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਅਧਿਆਏ 30 ਮੂਲੇ ਦਾ ਆਉਣਾ ਅਤੇ ਸ਼੍ਰੀ ਲਖਮੀਦਾਸ ਜੀ ਦਾ ਜਨਮ ਅਵਤਾਰ ਹੋਣਾ ਦੋਹਰਾ। ਸ਼੍ਰੀ ਗੁਰੂ ਪਾਕੋ ਪ੍ਰੇਮ ਜੋ ਉੱਜਲ ਸਰਸ ਮਰਾਲ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜਿਹੜਾ ਪ੍ਰੇਮ ਰੂਪੀ ਉੱਜਲ ਪਵਿੱਤਰ ਔਰ ਸੁੰਦਰ ਸਰਸ ਮਰਾਲ, ਮਰਾਲ ਮੈਨੇ ਇਹ ਹੰਸ ਦੀ ਨਹੀਂ ਆਈ ਹੈ, ਜਿਹੜੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਪਿਆਰ ਆ, ਇਹ ਬੜਾ ਉੱਜਲ ਆ ਔਰ ਸੁੰਦਰ ਆ। ਇਹ ਸੁੰਦਰ ਹੰਸਾਂ ਦੀ ਨਹੀਂ ਆਈ ਹੈ। ਆਉਗਨ ਪਰ ਹਰ ਗੁਣ ਗ੍ਰਹੀ, ਬਸੋ ਮੋਹੇ ਮਨ ਤਾਲ। ਹੁਣ ਭਾਈ ਸਾਹਿਬ ਕਹਿੰਦੇ ਆ, ਬੇਨਤੀ ਕਰਦੇ ਹਨ, ਇਹ ਪਾਤਸ਼ਾਹ ਮੇਰੇ ਜਿਹੜੇ ਔਗਣ ਆ, ਇਹਨਾਂ ਨੂੰ ਪਰ ਹਰ ਇਹਨਾਂ ਦਾ ਤਿਆਗ ਕਰਾ ਦਿਓ। ਗੁਣ ਗ੍ਰਹੀ, ਜਿਹੜੇ ਸ਼ੁਭ ਗੁਣ, ਉਹਨਾਂ ਨੂੰ ਗ੍ਰਹਿਣ ਕਰ ਲਵਾਂ। ਬਸੋ ਮੋਹੇ ਮਨ ਤਾਲ, ਮੇਰੇ ਮਨ ਰੂਪੀ ਤਲਾਅ ਉੱਤੇ ਆ ਕੇ ਬਸੋ। ਜਿਵੇਂ ਹੰਸ ਜਿਹੜੇ ਮਾਨਸਰ ਝੀਲ 'ਤੇ ਰਹਿੰਦੇ ਆ, ਇਹ ਪਾਤਸ਼ਾਹ ਤੁਸੀਂ ਮੇਰੇ ਮਨ ਰੂਪੀ ਤਲਾਅ ਵਿੱਚ ਆ ਕੇ ਨਿਵਾਸ ਕਰੋ। ਸ਼੍ਰੀ ਬਾਲਾ ਸੰਦਰਵਾਚ ਦੋਹਰਾ। ਨਿਜ ਪ੍ਰਤਕੂਲ ਬਲੋਕ ਕੈ ਬੋਲ ਸੁਲੱਖਣੀ ਦਾਸ। ਭਾਈ ਬਾਲਾ ਸਾਹਿਬ ਜੀ ਕਥਨ ਕਰ ਰਹੇ ਹਨ, ਜਦੋਂ ਸਾਰਾ ਕੁਛ ਪ੍ਰਤੀਕੂਲ ਉਲਟ ਹੋ ਰਿਹਾ ਸੀ, ਹੁੰਦਾ ਦੇਖ ਕੇ ਬਲੋਕ ਕੇ ਮੈਨੂੰ ਦੇਖ ਕੇ ਬੋਲ ਸੁਲੱਖਣੀ ਦਾਸ। ਫਿਰ ਮਾਤਾ ਜਗਤ ਮਾਤਾ ਸੁਲੱਖਣੀ ਜੀ ਨੇ ਆਪਣੇ ਸੇਵਕ ਨੂੰ ਬੁਲਾਇਆ, ਸਮਝਾਈ ਸਭ ਵਾਰਤਾ, ਨਹਿਰ ਪਠਾਏ ਆਵਾਸ। ਉਹ ਦਾਸ ਨੂੰ ਸਾਰਾ ਕੁਛ ਸਮਝਾਇਆ ਵਜਾਇਆ, ਅਤੇ ਫਿਰ ਨਹਿਰ ਮੈਨੇ ਆਪਣੇ ਜਿਹੜੇ ਪੇਕੇ ਸੀ ਉਹਨਾਂ ਦੇ ਆਵਾਸ ਘਰ ਵੱਲ ਭੇਜ ਦਿੱਤਾ। ਮੂਲਾ ਸੁੰਦ ਘਟਾਲ ਕੋ ਆਵਤ ਭਇਓ ਅਤਾਲ। ਬਾਬਾ ਮੂਲ ਚੰਦ ਜੀ ਉਹ ਸੇਵਾਦਾਰ ਦੀ ਗੱਲਬਾਤ ਸੁਣ ਕੇ ਛੇਤੀ ਅਤਾਲ ਮੈਨੇ ਛੇਤੀ ਸ਼੍ਰੀ ਸੁਲਤਾਨਪੁਰ ਸਾਹਿਬ ਆ ਗਿਆ। ਗਿਣਤ ਘਟੀ ਔਰ ਅਟਪਟੀ ਪਾਵਤ ਕਸ਼ਟ ਵਸਾਲ। ਮਨ 'ਚ ਬੜੀਆਂ ਪੁੱਠੀਆਂ ਸਿੱਧੀਆਂ ਅਟਪਟੀ ਮੈਨੇ ਹਾਂਜੀ ਗਿਣਤੀਆਂ ਪੁੱਠੀਆਂ ਸਿੱਧੀਆਂ ਕਰ ਰਿਹਾ, ਗਟੀ ਗਿਣਤੀਆਂ ਗਿਣ ਰਿਹਾ, ਗਿਣਤ ਗਟੀ ਹਾਂਜੀ ਮਨ ਵਿੱਚ ਗਿਣਤੀਆਂ ਗਿਣਦਿਆਂ ਪੁੱਠੀਆਂ ਸਿੱਧੀਆਂ ਭਾਵਤ ਕਸ਼ਟ ਵਸਾਲ। ਬੜਾ ਭਾਰੀ ਦੁੱਖ ਪਾ ਰਿਹਾ ਹੈ, ਨਿਜ ਪ੍ਰੋਦਾਇਕ ਸੰਗ ਲੇ ਆਵਾਪੁਰ ਸੁਲਤਾਨ। ਬਾਬਾ ਮੂਲ ਚੰਦ ਜੀ ਆਪਣੇ ਪ੍ਰੋਥ ਨਿੱਧੇ ਨੂੰ ਸ਼ਾਮੇ ਨੂੰ ਨਿੱਧਾ ਤਾਂ ਬੇਬੇ ਨਾਲ ਕਿਹਾ ਸੀ, ਸ਼ਾਮੇ ਪ੍ਰੋਥ ਨੂੰ ਲੈ ਕੇ ਸੁਲਤਾਨਪੁਰ ਆ ਗਿਆ। ਸਹਿਤ ਨੇਹ ਕੇ ਸੁਤਾ ਸੁਮ ਮਿਲਿਓ ਹਿਰਦਾ ਕੁਲਾਨ। ਫਿਰ ਬੜੇ ਪ੍ਰੇਮ ਦੇ ਨਾਲ ਆਪਣੀ ਸਪੁੱਤਰੀ ਜਗਤ ਮਾਤਾ ਸੁਲੱਖਣੀ ਜੀ ਨੂੰ ਮਿਲਿਆ ਅਤੇ ਮਨ ਵਿੱਚ ਬੜਾ ਵਿਆਕਲ ਹੋਇਆ। ਸੋਈਆ ਮਿਲ ਵੈਸ ਗਿਆ ਜੋ ਬੂਝ ਦਾ ਪਾਤਬ, ਬਾਤ ਵਖਾਣ ਕਰੀ ਪਿਤ ਪਾਸੂ। ਉਸਨੇ ਘਰ ਆ ਕੇ ਸਾਰਾ ਹਾਲ ਹਵਾਲ ਪੁੱਛਿਆ, ਕੋਲ ਬਹਿ ਗਿਆ ਅਤੇ ਜਗਤ ਮਾਤਾ ਸੁਲੱਖਣੀ ਜੀ ਨੇ ਹੋਈ ਬੀਤੀ ਸਾਰੀ ਗੱਲਬਾਤ ਪਿਤਾ ਕੋਲ ਦੱਸੀ। ਪਦ ਵੇਖ ਫਕੀਰ ਸਰੀਰ ਧਰਾ, ਤਨ ਦੀਨ ਲੁਟਾ ਕੈ ਸ਼ੋਰਾ ਵਾਸੂ। ਪਤੀ ਦੇਵ ਸ਼੍ਰੀ ਗੁਰੂ ਜੀ ਨੇ ਫਕੀਰਾਂ ਵਾਲਾ ਲਿਬਾਸ ਸਰੀਰ 'ਤੇ ਧਾਰ ਲਿਆ, ਧਨ ਗਰੀਬਾਂ ਨੂੰ ਲੁਟਾ ਕੇ ਘਰ ਤਿਆਗ ਕੇ ਦਿਨ ਤੀਨ ਰਹੇ ਮਦਨੀਰ ਨਦੀ ਪੁਨ ਤੀਰ ਆਏ ਨਾ ਛੋ ਜਲ ਜਾਸੂ। ਤਿੰਨ ਦਿਨ ਨਦੀ ਵਿੱਚ ਰਹੇ, ਫਿਰ ਕਿਨਾਰੇ ਆਏ ਅਤੇ ਜਿਹੜਾ ਜਲ ਜਾਸੂ ਜਲ ਜਿਹੜਾ ਸੀ ਉਹਨਾਂ ਨੂੰ ਛੋਇਆ ਨਹੀਂ। ਥਲ ਗੋਰ ਮੜੀ ਮੈਂ ਆਸਨ ਕੀਨ, ਕਹਿ ਨਾ ਸੁਣਾ ਜੋ ਭਨੈ ਕੁਛ ਤਾਸੂ। ਹੁਣ ਉਹ ਗੋਰ ਕਬਰਾਂ ਮੜੀਆਂ ਵਿੱਚ
उस थल उस थल जगह च आसन ला के बैठे है, ना को गल सुनते हैं ना कहते हैं। जेड़ा कोई उन्होंने गल करता ना सुनते हैं ना आप कुछ कहते हैं। चौपे सुन तन जा बाणी निज काना, अपनी तन जा सपुत्री की बाणी काना ना सुन के भयो क्रोध में बहु गलताना, क्रोध दे विच बड़ा गुलतान हो गया, भाव बड़ा पर गुस्सा आया। फरकत अदर लाल किए नैना, बुल फरक रहे हैं अखा लाल कर लिया। मुखते बहु बोल तुर दुर्वैना, अपने मुँह तो बड़े माड़े बचन बोल रहा है दुर्वैना, मैंने माड़े बचन। दर्व लुटावन की सुध सुन के, ये माया लटाउन की सारी खबर सुन के, सहना सक्यो गमन्यो सिर धुन के, बर्दाश्त नहीं कर सकया सिर जिहा हिला के चलिया। बेदी कुल को कलस सुहावन, बेदियां दी कुल दे कलस जी सरमौर जिथे सुहावन सो रहे सी, जैं वैसे जिन कीरत पावन उत्थे बैठे सी, जिन्हां दी कीरती वड्याई बड़ी पवित्र है। तहां आए बोलो दरवानी, उत्थे आके कोटे वचन बोलिया। तू जन्म्यो हानी कुल कानी, तू अपनी कुल दी लज्जा जिहड़ी है उहनू नुकसान करन वास्ते जम्मिया है। मात पिता की दाहत छाती, माता पिता की छाती नूं भी दाहत साड़ रहा है। अल वैसते तू तन घाती, तू तो छोटी उम्र तो ही तन का घात नास करता आया है। दोहरा बिन गुण परखे बिन पिखे सुता कीन सुरवंद, मैं तो तेरा कोई गुण भी नहीं परखिया। एवं भाइया जयराम दे कहे कहाए ते अपनी पुत्री का तेरे न सहयोग रिश्ता कर दिता है, सुरवंद मैंने रिश्ता। तब को मैं दुख पाए हों सुख न पिखो पेसंद, मैं तो उदों का दुख पा रहा तेरे न रिश्ता जोड़ के असी कोई सुख नहीं पाया है। चौपी पिता समान जो जान गुण इन्ना, लेकिन सतगुरु जी ने पिता दे समान जान के गुणा दे ऐन चुप ही रहे। तूषण रहे न बोले बैन खमोश रहे, कोई वचन नहीं किया। बहुत दुर्वचन भाव कर मूला, बड़े माड़े वचन कह के मूला, पुरिया वा जे मत प्रतिकूला। लग रहा जी दी मत बड़ी टेढ़ी सी, भेद न लगा ईश जग देवंग, कहंदे संसार दे ईश्वर दे भेद नूं नहीं जान रहा है कि ईश्वर आ। रिसों छाती जरत सदैव, रिस क्रोध न छाती सदा सड़दी रहिंदी। पूर्व सूरै गटी गनंता है, बस बहुत झूरदा गटियां गिणदा है, भैड़ियां गिणतियां मिणतियां कर रहा है। बिना लिखे अत है दुखवंता, बिना विचार तो बहुत दुखी हो रहा है। दोहरा जेदे जे की संगत कर ते टिक वे सो जाए, जेड़े ब्राह्मण दी संगत करदा सी उहदे कोल जाके बैठ गया। मन के दुख वर्णन करे रोत पायो दुख पाए, मन दे जिन्ने भी दुख सी सारे उन्हूं दसन लग पिया, अते बड़ा दुखी हो के रो रहा है। सोरठा एक दिव सुख ना है जबकि सुतब वाहे जी, कहंदे एक दिन भी मैनू सुख नहीं होया जद अपनी लड़की मात बीबी सुलखणी नूं ब्याया है। वैसे ओ गुरन माहे ताई तरनी घर कार सब, बस घर दी सारी कार त्याग के अपनी स्त्री नूं भी त्याग के ते कबरां च जाके बैठ गया है। दोहरा सुन कर आतर बचन ते देवर क्यों प्यान, इस तरह दुखी होए दे बचन सुन के वो ब्राह्मण शामे ने उत्थे जाना कीता। चलो तेसे समझाए हैं असविद कर दो, कहंदे चलो बाबा मूल चंद जी उत्थे चलदे नूं समझाउने आ, इस बीधी नाल गलबात कर रहा है। कवित बेदी कुल मंडल सकल दो खंडन, पखंडन को दंडन स्वरूप जे हिता रहा।
ਬੇਦੀਆਂ ਦੀ ਕੁੱਲ ਨੂੰ ਮੰਡਣ ਕਰਨ ਵਾਲੇ ਦੁਨੀਆਂ 'ਤੇ, ਹਾਂਜੀ, ਜਸ ਫੈਲਾਉਣ ਵਾਲੇ, ਸਾਰੇ ਦੁੱਖਾਂ ਨੂੰ ਖੰਡਣ ਨਾਸ ਕਰਨ ਵਾਲੇ, ਮੰਡਣ ਦੁਆ ਭੂਸ਼ਣ ਅਲੰਕ੍ਰਿਤ ਕਰਨ ਵਾਲੇ, ਸੁਭਾਇਮਾਨ ਕਰਨ ਵਾਲੇ, ਪਖੰਡਾਂ ਨੂੰ ਦੰਡ ਦੇਣ ਵਾਲੇ, ਐਸਾ ਸਰੂਪ ਧਾਰਿਆ ਹੈ। ਮੂਲਾ ਕੀਏ ਮੂਲਾ ਲੀਏ ਪੰਡਿਤ, ਜਹਾਂ ਹੈ ਵਹੀ ਮੰਡਿਤ, ਨਿਕਟ ਬੈਠ ਤੁੰਡ 'ਤੇ ਜੋ ਵਚਨ ਉਚਾਰਿਆ। ਮੂਲੇ ਨੇ ਸ਼ਾਮੇ ਪੰਡਿਤ ਨੂੰ ਨਾਲ ਲੈ ਲਿਆ ਔਰ ਉਹ ਪੰਡਿਤ ਜਿਹੜਾ ਸੀ ਬੜਾ ਮਹੀ ਮੰਡਿਤ, ਪ੍ਰਿਥਵੀ ਨੂੰ ਸੋਭਾ ਦੇਣ ਵਾਲੇ ਜਿੱਥੇ ਬੈਠੇ ਸੀ, ਨਿਕਟ ਬੈਠ ਤੁੰਡ 'ਤੇ ਜੋ ਵਚਨ ਉਚਾਰਿਆ। ਮਹੀ ਮੈਨੇ ਧਰਤੀ ਨੂੰ ਮੰਡਿਤ ਸੁਭਾਅ ਕਰਨ ਵਾਲੇ ਕੋਲ ਬਹਿ ਕੇ ਧੁੰਡ ਮੂੰਹ ਤੋਂ ਇਸ ਤਰ੍ਹਾਂ ਬਚਨ ਕਿਹਾ। ਬਾਲਵੋਦ ਲੀਨ ਕਾਚੀ ਬਾਤਿਆਂ ਸਭ ਕੀਨ ਤੁਮ, ਮੋਦੀਕ੍ਰਿਤ ਸ਼ੋਰ ਦੀਨ ਨੀਕੇ ਨਾ ਵਿਚਾਰਿਆ। ਬਾਲਕ ਬੋਧ ਵਿੱਚ ਕੱਚੀਆਂ ਗੱਲਾਂ ਸਾਰੀਆਂ ਕਰਦਾ ਰਿਹਾ, ਹੁਣ ਮੋਦੀ ਦੀ ਕਿਰਤ ਛੱਡ ਦਿੱਤੀ ਤਾਂ ਚੰਗੀ ਤਰ੍ਹਾਂ ਗੱਲ ਵਿਚਾਰੀ ਨਹੀਂ ਹੈ। ਮਾਤ ਪਿਤਾ ਲਾਜ ਤਾਜ ਦੇ ਅਸ ਬੇਖ ਸਜ, ਦੁਸ਼ਟ ਮਸਾਨ ਥਾਨ ਭੈ ਹਿਤਕਾਰਿਆ। ਮਾਤਾ ਪਿਤਾ ਦੀ ਹਾਂਜੀ ਜਿਹੜੀ ਲਾਜ ਸੀ ਉਹ ਵੀ ਛੱਡਤੀ, ਉਹਨਾਂ ਦਾ ਕੋਈ ਦੇਖਦਾ ਮੇਰੇ ਮਾਪੇ ਨੂੰ ਲੋਕ ਕੀ ਕਹਿਣਗੇ। ਫਿਰ ਦੇਹ ਦੇ ਉੱਤੇ ਇਸ ਤਰ੍ਹਾਂ ਦਾ ਲਿਬਾਸ ਬਣਾ ਲਿਆ ਹੈ ਅਤੇ ਇਹ ਜਿਹੜੇ ਦੁਸ਼ਟ ਮਸਾਨ ਹਾਂਜੀ ਭੈੜੀ ਜਗ੍ਹਾ ਭ੍ਰਿਸ਼ਟ ਮੜੀਆਂ ਦੇ ਵਿੱਚ ਤੂੰ ਆ ਕੇ ਆਸਣ ਜਮਾ ਕੇ ਹਿੱਤ ਕਰਕੇ ਬੈਠ ਗਿਆ ਹੈ। ਦੋਹਰਾ ਸੁਣ ਪੰਡਿਤ ਕੇ ਬੈਨ ਸ਼੍ਰੀ ਨਾਨਕ ਜਾ ਕੰਧ। ਇਸ ਤਰ੍ਹਾਂ ਪੰਡਿਤ ਸ਼ਾਮੇ ਦੇ ਵਚਨ ਸੁਣ ਕੇ ਸੰਸਾਰ ਦੇ ਮਾਲਕ ਸ਼੍ਰੀ ਗੁਰੂ ਜੀ ਉਚੋਰ ਸ਼ਬਦ ਬਸੰਤ ਮੈਂ ਹੂਤੀ ਜੋਰਿਤ ਬਸੰਤ, ਉਸ ਵੇਲੇ ਬਸੰਤ ਰੁੱਤ ਸੀ ਅਤੇ ਮਹਾਰਾਜ ਨੇ ਫਿਰ ਬਸੰਤ ਰਾਗ ਵਿੱਚ ਸ਼ਬਦ ਉਚਾਰਿਆ ਹੈ। ਬਸੰਤ ਹੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਇਹ ਨਗਰੀ ਕੱਚੀ ਹੈ, ਰਾਜਾ ਬੱਚੇ ਦੀ ਨੇ ਔਰ ਜਿਹਦਾ ਦੁਸ਼ਟਾਂ ਨਾਲ ਪਿਆਰ ਹੈ। ਦੋਏ ਮਾਈ ਦੋਏ ਬਾਪਾ ਪੜ੍ਹੀਏ ਪੰਡਿਤ ਕਰੋ ਵਿਚਾਰੋ। ਫਿਰ ਉਹ ਆਪਣੀਆਂ ਦੋ ਮਾਤਾਵਾਂ ਦੋ ਪਿਤਾ ਬਾਰੇ ਪੜ੍ਹ ਰਿਹਾ, ਇਹ ਪੰਡਿਤ ਤੂੰ ਇਸ ਗੱਲ ਦੀ ਵਿਚਾਰ ਕਰ। ਸਵਾਮੀ ਪੰਡਤਾ ਤੁਮ ਦਿਓ ਮਤੀ ਕਿਨਵਤ ਪਾਵਾ ਪ੍ਰਾਨਪਤੀ ਰਹਾਓ। ਇਹ ਪੰਡਿਤ ਜੀ ਆਪ ਮੈਨੂੰ ਕੋਈ ਸਿੱਖਮਾ ਦਿਓ, ਉਹ ਕਿਹੜਾ ਰੰਗ ਢੰਗ ਆ ਜਿਹਦੇ ਨਾਲ ਮੈਂ ਇਸ ਜੀਵਨ ਨੂੰ ਲੇਖੇ ਲਵਾਂ ਅਤੇ ਸਵਾਮੀ ਜਿਹੜਾ ਮਾਲਕ ਉਹਨੂੰ ਮੈਂ ਪ੍ਰਾਪਤ ਕਰ ਲਵਾਂ। ਕਿਨਵਤ ਪਾਵਾ ਪ੍ਰਾਨਪਤੀ ਮੈਨੂੰ ਮਤ ਦੇਵੇ ਜਿਹਦੇ ਨਾਲ ਮੈਂ ਪ੍ਰਾਣਾਂ ਦੇ ਪਤੀ ਨੂੰ ਪਾ ਲਵਾਂ, ਇਹ ਮੈਨੂੰ ਸਿੱਖਿਆ ਦਿਓ। ਹੁਣ ਮਹਾਰਾਜ ਤਾਂ ਨਿਮਰਤਾ ਵਾਲੀ ਗੱਲ ਆ ਨਾ, ਅਤੇ ਆਪਣਾ ਵੀ ਜਣਾਉਂਦੇ ਨਹੀਂ, ਪੰਡਿਤ ਆਇਆ ਸੀ ਵੀ ਵਿਦਵਾਨ ਨੂੰ ਲਿਆਏ ਹਾਂਜੀ। ਇਹ ਮਨ ਰੂਪੀ ਰਾਜਾ ਬਾਲਕ ਹਾਂਜੀ ਅਗਿਆਨਤਾ ਦੇ ਸਹਿਤ ਬੇਸਮਝ ਆ ਔਰ ਇਹ ਦੇਹ ਰੂਪੀ ਕੱਚੀ ਨਗਰੀ 'ਚ ਨਿਵਾਸ ਕਰ ਰਿਹਾ। ਦੁਸ਼ਟਾਂ ਜਿਹੜੇ ਕਾਮ ਗੁਰੂ ਲੋਕ ਮੁਕਾ ਰਿਹਾ, ਇਹਨਾਂ ਨੇ ਇਹਦੇ ਨਾਲ ਪਿਆਰ ਪਾਇਆ। ਔਰ ਦੋਏ ਮਾਈ ਦੋਏ ਬਾਪਾ ਪੜ੍ਹੀਏ ਪੰਡਿਤ ਕਰੋ ਵਿਚਾਰੋ। ਹਾਂਜੀ ਜਿਸ ਤਰ੍ਹਾਂ ਕ੍ਰਿਸ਼ਨ ਜੀ ਦੀਆਂ ਦੋ ਮਾਤਾਵਾਂ ਸੀਆਂ ਦੋ ਪਿਤਾ ਸੀ, ਹਾਂਜੀ ਵਾਸਦੇਵ ਅਤੇ ਦੇਵਕੀ ਇਹ ਉਹਨਾਂ ਦੇ ਮਾਤਾ ਪਿਤਾ, ਅਤੇ ਫਿਰ ਆਨੰਦ ਬਾਬੇ ਔਰ ਯਸ਼ੋਦਾ ਕੋ ਰਹੇ ਆ ਉਹ ਵੀ ਇਹਨਾਂ ਦੇ ਮਾਤਾ ਪਿਤਾ ਬਜਦੇ ਆ। ਔਰ ਦੋ ਮਾਤਾਵਾਂ ਦੋ ਪਿਤਾ ਪੜ੍ਹੀਏ ਮੈਨੇ ਹਾਂਜੀ ਕਹੇ ਆ, ਉਸ ਭਗਵਾਨ ਦਾ ਵਿਚਾਰ ਕਰੋ। ਹਾਂਜੀ ਭਾਵ ਮਨ ਵੱਲ ਵੀ ਅਰਥ ਲਾਇਆ ਜਾਂਦਾ। ਆਸਾ ਤ੍ਰਿਸ਼ਨਾ ਦੋ ਮਾਵਾਂ ਬਣਾਈਆਂ, ਰਾਗ ਦਵੈਸ਼ ਦੋ ਪੇ ਬਣਾਏ ਹੋਏ ਆ ਇਹ ਮਨ ਨੇ, ਇਸ ਵਾਸਤੇ ਉਸ ਭਗਵਾਨ ਦਾ ਵਿਚਾਰ ਕਰੋ। ਸਵਾਮੀ ਪੰਡਤਾ ਤੁਮ ਦਿਓ ਮਤੀ, ਇਹ ਪੰਡਿਤ ਤੈਨੂੰ ਸਵਾਮੀ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਹਾਂ।
ਪੰਡਿਤ ਵੱਲੋਂ ਪ੍ਰਸ਼ਨ ਹੈ ਕਿ ਨਿਵਿਧ ਭਾਵ ਪ੍ਰਾਣਪਤੀ ਰਹੋ, ਉਹ ਕਿਹੜਾ ਤਰੀਕਾ ਜਿਹਦੇ ਨਾਲ ਮੈਂ ਪ੍ਰਾਣਾਂ ਦਾ ਪਤੀ ਜਿਹੜਾ ਪਰਮੇਸ਼ੁਰ ਆ ਉਹਨੂੰ ਪਾ ਲਵਾਂ, ਉਹ ਕਿ ਢੰਗ ਜਿਹੜਾ ਉਹ ਸਾਨੂੰ ਦੱਸਣਾ ਕਰ ਜਿਹਦੇ ਨਾਲ ਅਸੀਂ ਪ੍ਰਾਣਾਂ ਦੇ ਪਤੀ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਈਏ। ਇਹ ਕੋਈ ਤਰੀਕਾ ਜਿਹੜਾ ਇਹ ਸਾਨੂੰ ਤੂੰ ਦੱਸਣਾ ਕਰ। ਚੌਪਈ ਰਾਹੋ ਵਿਸ਼ਰਾਮ ਦੇਵ ਕਹਿ ਰਿਹਾ, ਚੌਪਈ ਮਨ ਰਾਜਾ ਬਾਲਕ ਸਮਝੋ। ਇਹ ਮਨ ਰਾਜਾ ਬਾਲਕਾਂ ਦੇ ਬਰਾਬਰ ਹੈ, ਸਮਝੋ ਉਹਦੇ ਬਰਾਬਰ ਜਾਣੋ। ਨਿਤਪਾ ਜਾਣੋ ਚੰਚਲ ਸੁ, ਨਿਤਪਾ ਹਮੇਸ਼ਾ ਇਹ ਚੰਚਲ ਜਾਣਿਆ ਜਾਂਦਾ, ਚੰਚਲਤਾ ਹੀ ਕਰਦਾ। ਨੀਤਨਾ ਸਿੱਖੋ ਰੂਪ ਗਿਆਨਾ, ਇਹ ਜਿਹੜਾ ਪੁਰਸ਼ ਹੈ ਇਹ ਗਿਆਨ ਰੂਪੀ ਜਿਹੜੀ ਨੀਤੀ ਹੈ, ਮਰਜ਼ਾਦਾ ਸੀ ਉਹਨੂੰ ਤਿੰਨ ਸਿੱਖਿਆ ਹੀ ਨਹੀਂ ਵੀ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ। ਖੇਲ ਰਚੋ ਸੋ ਵਿਸ਼ੇ ਮਹਾਨ, ਜਿਹੜੇ ਮਹਾਨ ਵਿਖੇ ਵਿਕਾਰ ਆ ਉਹਨਾਂ ਦੀਆਂ ਖੇਡਾਂ ਦੇ ਵਿੱਚ ਦਿਨ ਰਚਿਆ ਮਿਚਿਆ ਹੈ। ਕਾਚੀ ਨਗਰੀ ਮੈਂ ਇਹ ਵਸ, ਇਹ ਸਾਰੀ ਕੱਚੀ ਨਗਰੀ ਇਹਦੇ 'ਚ ਇਹਦਾ ਨਿਵਾਸ ਹੈ। ਅੱਜ ਕੱਲ੍ਹ ਜੇ ਹੋਏ ਨੇ ਬਿਨਸ, ਅੱਜ ਜਾਂ ਕੱਲ੍ਹ ਕਰਦਿਆਂ ਇਹਦਾ ਨਾਸ ਹੋ ਜਾਣਾ। ਨੇਥਰ ਜਾਂਦ ਕੀਨ ਸੁਨੇਹਾ, ਇਹਨੂੰ ਹਮੇਸ਼ਾ ਰਹਿਣ ਵਾਲੀ ਜਾਣ ਕੇ ਇਹਨਾਂ ਸੁਨੇਹ ਪਿਆਰ ਕਰ ਰਿਹਾ। ਟੈਹ ਕੱਲ੍ਹ ਪਰੇ ਜਾਂ ਮੀਂਹ, ਜਦੋਂ ਕਾਲ ਮੌਤ ਰੂਪੀ ਮੀਂਹ ਪੈ ਗਿਆ, ਇਹ ਕੱਚੀ ਨਗਰੀ ਜਿਹੜੀ ਦੇਹ ਹੈ ਟਹਿ ਜਾਂਦੀ ਆ, ਕਿੰਨਾ ਕੁ ਚਿਰ ਰਹਿਣੀ ਹੈ। ਜਾਏ ਅਚਾਨਕ ਕਰ ਇਹ ਸਾਰੀ, ਕਹਿੰਦੇ ਦੇ ਅਚਾਨਕ ਇੱਕ ਦਿਨ ਗਲ ਸੜ ਜਾਣੀ ਹੈ। ਤਬ ਸੋਝੀ ਹੋਇਆ ਦੁੱਖ ਮਜਾਰੀ, ਫਿਰ ਜਦੋਂ ਸੋਝੀ ਆਉਂਦੀ ਹੈ ਫਿਰ ਹਿਰਦੇ 'ਚ ਬੜਾ ਭਾਰੀ ਨੂੰ ਦੁੱਖ ਤਕਲੀਫ ਹੁੰਦੀ ਹੈ। ਪੰਜ ਦੁਸ਼ਟ ਜੋ ਕਰਤ ਪਿਆਰੂ, ਇਹ ਪੰਜ ਜਿਹੜੇ ਕੰਮ ਕਰੋ ਮੁਹਕਾਰ ਦੁਸ਼ਟ ਹੈ, ਇਹਨਾਂ ਨੇ ਪਿਆਰ ਕਰ ਰਿਹਾ, ਇਹ ਨਹੀਂ ਵੀ ਮੇਰੇ ਬੈਰੀ ਹੈ, ਇਹ ਮੇਰਾ ਸਤਿਆਨਾਸ਼ ਕਰਨਗੇ। ਸੋ ਦੇਖ ਕੇ ਨਿਤਕਾਜ ਵਗਾਰੂ, ਇਹ ਪੰਜੇ ਦੁਸ਼ਟੀ ਦੇ ਹਮੇਸ਼ਾ ਕਾਰਜ ਵਿਗਾੜਦੇ ਆ, ਪਰ ਇਹ ਦੁਸ਼ਟਾਂ ਨਾਲ ਪਿਆਰ ਪਾ ਕੇ ਬੈਠਾ। ਦੋਹਰਾ ਕਾਮ ਕਰੋ ਦਾ ਲੋਭ ਪੁੰਨ ਮੋਹੇ ਬਲੀ ਅਹੰਕਾਰ, ਇਹ ਜਿਹੜੇ ਪੰਜੇ ਕਾਮ ਕਰੋ ਲੋਭ ਅਹੰਕਾਰ ਦੁਸ਼ਟ ਆ ਨਾ, ਮੋਹ ਬੜਾ ਬਲੀ ਆ ਔਰ ਅਹੰਕਾਰ ਆ ਇਹ ਬੜੇ ਬਲੀ ਆ। ਇਹਨ ਸਿਉਂ ਕਰਤੇ ਹੋ ਮੀਤਤਾ ਭਾ ਸੰਗਤ ਏ ਖੁਆਰ, ਇਹਨਾਂ ਨਾਲ ਮਿੱਤਰਤਾ ਕਰ ਰਿਹਾ, ਮਿੱਤਰ ਚਾਰਾ ਪਾਈ ਬੈਠਾ, ਲੇਕਿਨ ਇਹਨਾਂ ਦੀ ਸੰਗਤ ਕਰਨ ਕਰਕੇ ਇਹ ਦਿਨ ਰਾਤ ਖੱਜਲ ਖੁਆਰ ਹੋ ਰਿਹਾ ਹੈ। ਚੌਪਈ ਲੁੱਟੇ ਮਿਲ ਕਰ ਇਸ ਕੀ ਨਗਰੀ, ਇਹ ਪੰਜੇ ਮਿਲ ਕੇ ਇਹਦੀ ਦੇਹ ਰੂਪੀ ਨਗਰ ਨੂੰ ਲੁੱਟ ਰਹੇ ਆ। ਨੀਤ ਉਜਾਰਾ ਇਸ ਜਗਰੀ, ਔਰ ਨਗਰੀ ਦਾ ਜਿਹੜਾ ਈਸ਼ਰ ਭਾਵ ਕਿ ਇਹ ਮਨ ਨੂੰ ਸਦਾ ਪ੍ਰਗਟ ਕਰਦੇ ਆ, ਮਨ ਨੂੰ ਮਗਰ ਲਾਇਆ ਹੋਇਆ, ਵਿਗੜਿਓ ਆਪਣਾ ਜਾਣੋ ਨਹੀਂ। ਇਹ ਮਨ ਐਸਾ ਮੂਰਖ ਆ, ਇਹ ਨਹੀਂ ਜਾਣਦਾ ਕਿ ਇਹਨਾਂ ਦੀ ਕੁਸੰਗਤ ਕਰਕੇ ਮੇਰਾ ਕੀ ਵਿਗੜ ਰਿਹਾ ਹੈ। ਮਿਲਿਓ ਰਹੇ ਪੁੰਨ ਪੁੰਨ ਤਿੰਨ ਮੋਹ, ਇਹ ਪੁਨਾ ਵਾਰ ਵਾਰ ਇਹਨਾਂ ਨਾਲ ਮਿਲਿਆ ਰਹਿੰਦਾ। ਮਾਤ ਵਿੱਦਿਆ ਦੂਜੀ ਮਾਇਆ, ਫਿਰ ਅਵਿਦਿਆ ਅਤੇ ਮਾਇਆ ਇਹਦੀਆਂ ਦੋ ਮਾਈਆਂ ਆ। ਈਸ਼ ਜੀਵ ਦੋਏ ਦੋਏ ਪਿਤ ਜਿਨ ਜਾਇਆ, ਜੀਵ ਅਤੇ ਈਸ਼ਰ ਇਹ ਦੋ ਪਿਤਾ ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਹੈ। ਦੁਆ ਕੋ ਜਨਿਓ ਕੁਟਲਤਾ ਕਾਰਨ, ਕੁਟਲਤਾ ਟੇਢਾ ਕਾਰਨ ਹੋਣ ਕਰਕੇ ਦੋਹਾਂ ਨੂੰ ਪੈਦਾ ਕੀਤਾ। ਮੈਂ ਵਪਾਰਜੇ ਗਿਆਨ ਕਰਕੇ ਉੱਠੀ ਮੱਥ ਲੱਗੀ ਹੋਈ, ਕੇਵਲ ਜਾ ਕੋ ਹੋਏ ਸਵਾਰ, ਉਹ ਕਿਹੜਾ ਤਰੀਕਾ ਜਿਹਦੇ ਨਾਲ ਤੇਰਾ ਕੁਝ ਸਵਾਰਨਗੇ। ਦੁਸ਼ਟਾਂ ਨੇ ਸਵਾਰਨਾ ਥੋੜ੍ਹੀ ਵਿਗਾੜਨਾ ਹੀ ਵਿਗਾੜਨਾ। ਕਰ ਵਿਚਾਰ ਸਿੱਖ ਮਨ ਮੁਝ ਦੀਜੈ, ਵਿਚਾਰ ਕਰਕੇ ਮੈਨੂੰ ਸਿੱਖਿਆ ਦਿਓ। ਉਹ ਪੰਡਿਤ ਪ੍ਰਾਪਤ ਪ੍ਰਾਪਤ ਕੀਜੈ, ਕਹਿੰਦੇ ਇਹ ਪੰਡਿਤ ਜੀ ਫਿਰ ਨਿਰੰਕਾਰ ਪ੍ਰਾਪਤ ਕਰੀਏ, ਇਹ ਵਦ ਵਦ ਕਰਨਾ ਸਦਨਾ। ਇਸ ਤਰ੍ਹਾਂ ਕਹਿ ਕੇ ਕਿਰਪਾ ਦੇ ਸਦਨ ਘਰ, ਮਸ਼ਟ ਕਰੀ ਪੁਨ ਪੰਕਜ ਵਧਨਾ, ਜਿਨ੍ਹਾਂ ਦਾ ਕਮਲ ਵਰਗਾ ਮੁਖੜਾ ਫਿਰ ਖਮੋਸ਼ ਹੋ ਗਏ। ਦੋਹਰਾ ਬੂਲਾ ਬੋਲਿਓ ਸੁਣਤ ਵਚ ਅਸ ਵਿਚਾਰ ਜੇ ਤੋ, ਇਹ ਐਸੇ ਵਜਨ ਹੋਣਗੇ ਮੂਲ ਚੰਦ ਜੀ ਬੋਲੇ, ਜੇ ਤੇਰੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਹੈਗੀ ਹੈ ਤਾਂ ਵਿਆਹੇ ਕਰਵਾਏ ਕਿਉਂ ਤੈਂ ਦੁੱਖ ਦੀਨੋ ਮੋਹੇ, ਕਹਿੰਦੇ ਫਿਰ ਤੂੰ ਵਿਆਹ ਕਿਉਂ ਕਰਵਾਇਆ। ਜੇ ਤੇਰੀ ਵਿਚਾਰ ਇਸ ਤਰ੍ਹਾਂ ਤਾਂ ਹੁਣ ਮਹਾਰਾਜ ਦਾ ਸਹੁਰਾ ਸੀ ਨਾ ਮੂਲ ਚੰਦ, ਕਹਿੰਦੇ ਫਿਰ ਵਿਆਹ ਕਾਹਲੇ ਕਰਾਉਣਾ ਸੀ, ਪਹਿਲੇ ਸਾਧ ਬਣ ਜਾਂਦਾ, ਮੈਨੂੰ ਦੁੱਖ ਕਿਉਂ ਦਿੱਤਾ। ਦੋਹਰਾ ਦਰ ਉਲਟਾਇਓ ਬਾਦ ਬਹੁਤ ਸੋਤੀਏ ਦਿਓ ਨਾ ਟਾਂਕ, ਗੁੱਸੇ 'ਚ ਕਹਿੰਦਾ
ਬੜਾ ਤਾਂ ਲਟਾਤਾ, ਕਿੰਨਾ ਕਮਾਇਆ ਸੀ, ਨਾ ਤਾਂ ਆਪਣੇ ਬੱਚਿਆਂ ਨੂੰ ਦਿੱਤਾ ਅਤੇ ਨਾ ਆਪਣੇ ਧਰਮ ਪਤਨੀ ਨੂੰ, ਟਾਂਕ ਮੈਨੇ ਇੱਕ ਟਕਾ ਵੀ ਨਹੀਂ ਦਿੱਤਾ। ਬਿਨ ਬਿਰੀੜਾ ਤਾਂ ਅੱਜ ਭਾਜਿਆ ਪੁੰਨ ਕਹਿ ਸ਼੍ਰੀ ਮੁੱਖ ਵਾਕ। ਫਿਰ ਕਹਿੰਦੇ ਤੈਨੂੰ ਕੋਈ ਲੱਜਿਆ ਨਾ ਆਈ, ਉਹਨਾਂ ਨੂੰ ਛੱਡ ਛਡਾ ਕੇ ਦੌੜਿਆ ਆ। ਹਾਂਜੀ, ਬਿਨ ਬਰੀੜਾ ਤਾਂ ਅੱਜ ਭਾਜਿਆ, ਹਾਂਜੀ ਬਿਨਾਂ ਦੇਰੀ ਤੋਂ ਹੈ ਤੂੰ ਭੱਜ ਕੇ ਆ ਗਿਆ। ਪੁੰਨ ਕਹਿ ਸ਼੍ਰੀ ਮੁੱਖ ਸਤਿ ਪੁੰਨਾ, ਫਿਰ ਸਤਿਗੁਰੂ ਜੀ ਨੇ ਸ਼੍ਰੀ ਮੁੱਖ ਵਾਕ ਕਹੇ। ਪੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ, ਚੰਦ ਸੂਰਜ ਦੁਆ ਕਰ ਹੀ ਪੀਤਰ ਐਸਾ ਗਿਆਨ ਨਾ ਪਾਇਆ। ਫਿਰ ਪਾਤਸ਼ਾਹ ਕਹਿ ਰਹੇ ਹੈ ਕਿ ਇਸ ਤਰ੍ਹਾਂ ਕਿਸ ਸੰਸਾਰ ਦੀ ਕਿਸ ਤਰ੍ਹਾਂ ਦੀ ਰਚਨਾ ਰਚਾਈ ਹੋਈ ਹੈ। ਹਾਂਜੀ, ਪੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ, ਕਹਿੰਦੇ ਜਿਸ ਨਿਰੰਕਾਰ ਦੀ ਸੱਤਾ ਨਾਲ ਜਿੰਨੇ ਜੰਗਲ ਆ, ਬਨਸਪਤੀ ਲੱਕੜ ਆ, ਉਹਦੇ 'ਚ ਅੱਗ ਮੌਲੀ ਮੈਨੇ ਮਿਲੀ ਹੋਈ ਹੈ। ਸਾਗਰ ਪੰਡੇ ਪਾਇਆ, ਫਿਰ ਨਿਰੰਕਾਰ ਨੇ ਅਤੇ ਸਮੁੰਦਰ ਨੂੰ ਹੁਕਮ ਰੂਪੀ ਪੰਡ ਵਿੱਚ ਬੰਨਿਆ ਹੋਇਆ, ਪੰਡ ਵਿੱਚ ਬੰਨ ਪਾਇਆ ਹੋਇਆ। ਐਡਾ ਵੱਡਾ ਸਮੁੰਦਰ ਆ, ਕਿਵੇਂ ਉਹਨੂੰ ਬੰਨ ਪਾਇਆ ਹੋਇਆ। ਚੰਦ ਸੂਰਜ ਦੇ ਘਰ ਹੀ ਪੀਤਰ ਐਸਾ ਗਿਆਨ ਪਾਇਆ। ਇਹ ਜਿਹੜਾ ਸੰਸਾਰ ਰੂਪੀ ਘਰ ਆ, ਚੰਦਰਮਾ ਅਤੇ ਸੂਰਜ ਦਿਨ ਰਾਤ ਦੋ ਦੀਵੇ ਬਣਾਏ ਆ, ਐਸਾ ਕਹਿੰਦੇ ਅਜਿਹੇ ਸਾਰੇ ਸ਼ਕਤੀਆਂ ਦੇ ਮਾਲਕ, ਸਾਰੇ ਗੁਣਾਂ ਨਾਲ ਜਿਹੜਾ ਭਰਪੂਰ ਪ੍ਰਭੂ ਪਰਮੇਸ਼ਰ ਆ, ਉਹਦਾ ਗਿਆਨ ਤਾਂ ਪਾਇਆ ਨਹੀਂ। ਰਾਮ ਰਵੰਤਾ ਜਣੇ ਕਮਾਈ ਭੋਗ ਕਰੇ, ਪਰਮੇਸ਼ਰ ਦੇ ਨਾਮ ਨੂੰ ਉਚਾਰਨ ਵਾਲੇ ਤਾਂ ਜਾਣਨਾ ਕਰੀਏ ਜੇ ਕਹਿੰਦੇ ਇੱਕ ਜਿਹੜੀ ਮਾਇਆ ਇਹਦਾ ਭੋਗ ਮੈਨੇ ਤਿਆਗ ਕਰ ਦੇਵੇ, ਫਿਰ ਤਾਂ ਰਾਮ ਨੂੰ ਰਵੰਤਾ ਮੈਨੇ ਜਿਹੜਾ ਉਹਦਾ ਜਸ ਉਚਾਰਨ ਜੇ ਤਾਂ ਉਹਨਾਂ ਜੁੜੇਗਾ ਫਿਰ ਤਾਂ ਹੋ ਜਾਏਗਾ, ਨਹੀਂ ਤਾਂ ਬੜਾ ਔਖਾ ਹੈ। ਲਓ ਭਾਈ, ਕਿਉਂਕਿ ਜਿਹੜੇ ਦੋ ਦੀਵੇ ਆ ਚੰਦ ਸੂਰਜ, ਇਹ ਆਕਾਸ਼ ਵਿੱਚ ਉਹਦੇ ਘਰ 'ਚ ਵੱਸ ਰਿਹਾ, ਤੈਨੂੰ ਐਸਾ ਗਿਆਨ ਪ੍ਰਾਪਤ ਹੀ ਨਹੀਂ ਹੋਇਆ। ਚੋ ਵੀ ਪਿੱਤਰ ਪੂਰੀ ਤ੍ਰਿਸ਼ਨਾ ਆਸਾ, ਅੰਦਰ ਤਾਂ ਪੂਰੀ ਮੈਨੇ ਬਹੁਤ ਤ੍ਰਿਸ਼ਨਾ ਆਸਾ ਲੱਗੀਆਂ ਹੋਈਆਂ, ਭਾਵਕ ਜਿਉਂ ਕਵੇ ਨਾ ਤ੍ਰਿਪਤਾਸਾ। ਹੈਂ, ਜਿਸ ਤਰ੍ਹਾਂ ਅੱਗ ਕਿਸ ਤਰ੍ਹਾਂ ਰੱਜਦੀ ਨਹੀਂ ਨਾ, ਭਾਵਕ ਜਿਉਂ ਕਵੇ ਨਾ ਤ੍ਰਿਪਤਾਸਾ, ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ ਅੱਗ ਰੱਜਦੀ, ਇਸ ਤਰ੍ਹਾਂ ਤ੍ਰਿਸ਼ਨਾ ਦਾ ਪੇਟ ਵੀ ਨਹੀਂ ਭਰਦਾ। ਸਹਿਸ ਮਾਂਗ ਪੁੰਨ ਮਾਂਗਾ ਹਜ਼ਾਰਾਂ, ਪਹਿਲਾਂ ਸੈਂਕੜੇ ਮੰਗਦਾ ਫਿਰ ਹਜ਼ਾਰਾਂ ਮੰਗਦਾ, ਲਾਭ ਹੋਏ ਤਾਂ ਕੋਟ ਪਰ ਲੱਖਾਂ, ਫਿਰ ਕੋਟ ਹਜ਼ਾਰਾਂ ਹੋ ਜਾਣ, ਇਸ ਤਰ੍ਹਾਂ ਮੰਗ ਰਿਹਾ। ਅਰਬ ਖਰਬ ਸੋ ਤ੍ਰਿਪਤੇ ਨਾ ਹੀ, ਫਿਰ ਅਰਬ ਖਰਬ ਨਾ ਵੀ ਤ੍ਰਿਪਤ ਨਹੀਂ ਹੁੰਦਾ। ਆਈ ਦਾ ਪਾਪਾ ਗਿਆ ਸੀ ਨਾ ਬਲੈ 'ਚ ਮਾਂ ਕਮਾਉਣ, ਇੱਥੇ ਬੜਾ ਹੁਣ ਖੇਤੀ ਕਰਦਾ ਸੀ, ਟਿਕਦੇ ਨਹੀਂ ਨਾ, ਉੱਥੇ ਗਿਆ ਹੁਣ ਉਹਨੇ ਪਾੜ ਕਰਨਾ, ਉੱਥੇ ਕੀ ਸੀ, ਉੱਥੇ ਉਹ ਫੱਟੇ ਚੁੱਕਣ ਲਾ ਦਿੱਤਾ, ਉਹ ਠੰਡ ਬੜੀ ਸੀ, ਉਹ ਸਿੱਧਾ ਪੱਧਰਾ ਜਿਹਾ ਸੀਗਾ, ਬਸ ਉੱਥੇ ਫਿਰ ਠੰਡ ਲੱਗ ਗਈ, ਬੁਖਾਰ ਹੋ ਗਿਆ, ਉੱਥੇ ਘਰ ਪਿਆ। ਅਤੇ ਜੇ ਤਾਂ ਹੁਣ ਅਸੀਂ ਇੱਥੇ ਹੁੰਦੇ ਕੋਈ ਦਵਾਈ ਦਿੰਦੇ, ਉੱਥੇ ਸਾਡੇ ਵਾਲੀ ਦਵਾਈ ਨਾ, ਇਹ ਹੁਣ ਕੰਮਾਂ 'ਤੇ ਚੱਲ ਚੁਆ ਜਾਇਆ ਕਰਨ, ਕੌਣ ਦੇਖੇ ਵਿਚਾਰੇ ਨੂੰ। ਹੈਂ, ਫਿਰ ਉਹ ਮਾੜਾ ਜਿਹਾ ਕੋਈ ਦਿੱਤਾ ਦਿੱਤਾ ਲੱਲੜ ਪੱਲੜ ਜਿਹਾ, ਫਿਰ ਥੋੜ੍ਹਾ ਜਿਹਾ ਠੰਡ ਲੱਗਣੋਂ ਹਟੀ, ਉਹ ਸਾਨੂੰ ਤਾਂ ਚੈਨਲ ਵਾਲੇ ਲੈ ਗਏ ਵੀ ਉੱਥੇ ਜੀ ਕੋਈ ਕਥਾਵਾਰ ਦਾ ਚੈਨਲ 'ਤੇ ਕਰ ਦਿਓ। ਇਹ ਕਿਤੇ ਨਹਾਉਣ ਲਈ ਗਿਆ, ਉਹ ਹੁਣ ਸਰਫਾ ਵੀ ਕਰਦੇ ਨਾ, ਫਿਰ ਜੇ ਜ਼ਿਆਦਾ ਚਲਾਇਆ ਤਾਂ ਉਹ ਗਰਮ ਕਰਨ ਲਈ ਬਿੱਲ ਆਊਗਾ, ਉਹ ਪਾਣੀ ਗਰਮ ਉਨਾ ਕਈ ਸੀ ਅਤੇ ਗੁਸਲਖਾਨੇ ਕੁੰਡੀ ਲਾ ਕੇ ਅੰਦਰ ਵੜ ਗਿਆ, ਉਹ ਤੱਤਾ ਪਾਣੀ ਥੋੜ੍ਹਾ ਹੀ ਮੁੱਕ ਗਿਆ। ਹੁਣ ਠੰਡੇ ਦੇਸ਼ ਆ, ਸਰਦੀਆਂ ਦਾ ਮੌਸਮ, ਉਹ ਪਾਣੀ ਠੰਡਾ ਸੀ ਤਾਂ ਉੱਥੇ ਕਦੇ ਨਹਾਉਂਦਾ ਰਿਹਾ, ਅਤੇ ਉਹ ਹਾਂਜੀ ਠੰਡ ਲੱਗ ਗਈ ਬਹੁਤ ਜ਼ਿਆਦਾ ਅਤੇ ਨਮੂਨੀਆ ਹੋ ਕੇ ਡਿੱਗ ਪਿਆ, ਅੰਦਰੋਂ ਕੁੰਡੀ ਲੱਗੀ, ਉਹ ਜੇ ਲੱਗੀ ਕਿਤੇ ਆਏ ਹੋਏ ਪਏ, ਕਿਤੇ ਗਿਆ ਨਿਕਲਿਆ ਹੀ ਨਹੀਂ, ਅਤੇ ਕੁੰਡੀ ਅੰਦਰੋਂ ਲੱਗੀ, ਉਹ ਕੁੰਡੀ ਕੰਡੀ ਪੱਟੀ,
ਫਿਰ ਉਹ ਐਂਬੂਲੈਂਸ ਵਾਲ ਫੋਨ ਕੀਤਾ ਹੱਸਦਾ, ਉਹ ਆ ਗਿਆ। ਉਹ ਜਿਹੜੇ ਮੈਂ ਆਇਆ ਤਾਂ ਖੜ੍ਹੇ ਐਂਬੂਲੈਂਸ ਗੱਡੀ ਖੜ੍ਹੇ, ਮੈਂ ਕੀ ਗੱਲ ਆ ਕੇ ਆ ਦੇਖਿਆ ਤਾਂ ਪੀਲਾ ਬਸਾਰ ਵਰਗਾ ਹੋਇਆ, ਸਾਰਾ ਸਰੀਰ ਨਮੂਨੀਆ ਹੋ ਗਿਆ। ਅਤੇ ਹੁਣ ਇੱਥੇ ਹੁੰਦਾ ਤਾਂ ਸਾਡੇ ਦੋ ਤਿੰਨ ਕੁੜੀਆਂ ਕੰਮ ਕਰ ਜਾਂਦੀਆਂ, ਉਹ ਡਾਕਟਰਾਂ ਤੋਂ ਕੰਟਰੋਲ ਨਾ ਹੋਇਆ, ਬਸ ਲਾਸ਼ ਹੀ ਲਿਆਏ। ਹੈਂ ਕਹਿੰਦੇ ਨੇ ਸਹਿਸ ਖੜੇ ਲਾਖ ਉੱਠਦਾ ਹੋਵੇ, ਤ੍ਰਿਪਤ ਨਾ ਹੋਵੇ ਮਾਇਆ ਪਾਛਾ ਪਾਵੇ। ਹੈਂ ਉਹ ਅਗਲੀ ਵੀ ਗਈ, ਜ਼ਿਆਦਾ ਮੂੰਹ ਹਟ ਗਈ ਨਾ, ਫਿਰ ਮੱਖੀਆਂ ਪੈਣੀਆਂ ਕਨੀ। ਅਤੇ ਜਿੱਥੇ ਰੱਬ ਨੇ ਰੱਖਣਾ ਰਹਿਣਾ ਉੱਥੇ ਪੈਣਾ, ਜਿੰਨਾ ਮਰਜ਼ੀ ਭੱਜ ਲਓ, ਨੱਠ ਲਓ, ਦੌੜ ਲਓ, ਜੋ ਇਹਦੀ ਕਿਸਮਤ ਦੇ ਉਹੀ ਮਿਲਣੀ ਆ। ਪਰ ਇਨਸਾਨ ਕਹਿੰਦਾ ਉੱਥੇ ਆ, ਉੱਥੇ ਦੁਖੀ ਨਹੀਂ ਹੈ ਜਾਂ ਉੱਥੇ ਗਰੀਬ ਕਗਾਲ ਹੈ ਨਹੀਂ, ਇਹ ਤਾਂ ਮੱਥਾ ਜਿਹੜਾ ਨਾਲ ਹੀ ਜਾਣਾ, ਜਿੱਥੇ ਮਰਜ਼ੀ ਭੱਜੋ। ਪਰ ਮਨ 'ਚ ਟਿਕਾ ਹੈ ਨਹੀਂ, ਜੇ ਸਮਝਾਓ ਤਾਂ ਸਮਝਦੇ ਨਹੀਂ। ਅਰਬ ਖਰਬ ਸੋ ਤ੍ਰਿਪਤ ਹੈ ਨਾ, ਅਸੀਂ ਅਰਬ ਖਰਬ ਇਕੱਠੇ ਕਰ ਲੈ ਮਨ, ਫਿਰ ਵੀ ਤ੍ਰਿਪਤੀ ਨਹੀਂ, ਫਿਰ ਵੀ ਸ਼ਾਂਤੀ ਨਹੀਂ। ਕਰ ਵਿਚਾਰ ਦੇਖੋ ਮਨਮਾਹੀ, ਮਨ 'ਤੇ ਵਿਚਾਰ ਕਰਕੇ ਦੇਖੋ। ਜੇ ਆਗੇ ਹਵੈ ਰਾਂਚਕ ਮੇਰੂ ਕਹਿੰਦੇ, ਫਿਰ ਜੇ ਵਿਚਾਰ ਕੇ ਦੇਖੀਏ ਸੁਮੇਰ ਪਰਬਤ ਜਿਹੜਾ, ਇਹ ਵੀ ਰਾਈ, ਇੱਕ ਤਾਂ ਸਰੋਂ ਹੁੰਦੀ ਇੱਕ ਰਾਈ ਹੁੰਦੀ ਨਾ, ਉਹਦਾ ਵੀ ਉਹਦੇ ਨੂੰ ਵੀ ਬਰੀਕ ਹੁੰਦਾ ਹੈ, ਰਾਈ ਕਿ ਜਿੰਨਾ ਹੀ ਆ। ਉੱਧਰ ਆਕਾਸ਼ ਸਰ ਸਮਸੇਰੂ, ਪਰ ਤ੍ਰਿਸ਼ਨ ਦਾ ਪੇਟ ਜਿਹੜਾ ਆਕਾਸ਼ ਬਰਾਬਰ ਨਹੀਂ, ਉਹ ਤੋਂ ਵੀ ਵੱਡਾ ਆ, ਆਕਾਸ਼ ਨਾਲੋਂ ਵੀ ਵੱਡਾ ਆ ਤ੍ਰਿਸ਼ਨਾ ਦਾ ਪੇਟ। ਭਰਦਾ ਨਹੀਂ ਗਾਂ ਦੇ ਗੰਬ ਹੋਰ ਦੇ ਤੇਰੇ ਦੀ ਹੈ ਸਰ ਸ਼ੇਰੂ। ਉੱਧਰ ਆਕਾਸ਼ ਇਹ ਜਿਹੜਾ ਉੱਧਰ ਆ, ਆਕਾਸ਼ ਵਾਂਗੂ ਸਰਸ ਵਾਂਗੂ ਵਾਂਗੂ ਸਰ ਸ਼ੇਰੂ। ਹਾਂਜੀ, ਇਸ ਵਾਸਤੇ ਜਿਹੜਾ ਆਕਾਸ਼ ਹੈ ਸਰ ਸ਼ੇਰੂ ਮੈਂ, ਉਸ ਤੋਂ ਵੀ ਬਹੁਤ ਵੱਡਾ ਹੈ, ਉਹਦੇ ਸਦਰਸ਼ ਬਹੁਤ ਵੱਡਾ ਹੈ, ਐਸਾ ਹੈ। ਹਾਂਜੀ, ਸੁਣੋ ਬਨਸਪਤੀ ਸੰਸਾਕਾ, ਕਹਿੰਦੇ ਹੁਣ ਸੁਣ ਲਈਏ ਬਨਸਪਤੀ ਜਿਹੜੀ ਸੰਸਾਕਾ ਮੈਂ, ਸ਼ਾਖਾਂ ਦੇ ਸਮੇਤ ਕਿਸ ਤਰ੍ਹਾਂ ਹੁੰਦੀ ਹੈ। ਤੀ ਤੀ ਹੈ ਸੁਤਾ ਸੁਤ ਸਿਮ ਦੀ ਸਾਕਾ, ਤੀ ਹੈ ਮੈਂ ਇਸਤਰੀ, ਸੁਤਾ ਪੁੱਤਰੀ ਸੁਤ ਪੁੱਤਰ, ਸਿਮ ਦੀ ਜਿਹੜੇ ਕੁੜਮ ਹੁੰਦੇ ਆ, ਸਾਕਾ ਜਿਹੜੇ ਸਾਕ ਸੰਬੰਧੀ, ਜਿਉਂ ਤਨ ਬਿਰਧ ਹੋਏ ਤੈਨੂੰ ਵਾਧਾ, ਜਿਵੇਂ ਜਿਵੇਂ ਉਹ ਟੱਬਰ ਵਾਧਾ ਹੈ ਨਿਸਵਾਸਰ ਜਿਨ ਮੈਂ ਮਨ ਫਾਂਦਾ, ਫਿਰ ਦਿਨ ਰਾਤ ਮਨ ਜਿਹੜਾ ਉਹਦੇ 'ਚ ਫਾਂਦਾ ਮੈਂ ਫਸ ਜਾਂਦਾ ਹੈ, ਉਹਦੇ ਜਾਲ 'ਚ ਫਸਿਆ ਆ, ਫਿਰ ਸਾਰੀ ਉਮਰ ਆਵੇਦਿਆ ਖੋਤਿਆ ਵਿੱਚ ਖੜੋਤਿਆ, ਕੱਚੀਆਂ ਲਿਜਾਵੇਂਗਾ ਹੈਂ ਪੱਕੀਆਂ ਲਿਆਵੇਂਗਾ, ਆਵੇ ਨੇ ਮੁੱਕਣਾ ਨਹੀਂ ਅਤੇ ਤੈਂ ਛੁੱਟਣਾ ਨਹੀਂ। ਨਾ ਤਾਂ ਆਵਾ ਮੁੱਕੇ, ਉਹ ਹੁਣ ਖੋਤਾ ਹੁੰਦਾ ਨਾ, ਕੱਚੀਆਂ ਲੈ ਕੇ ਜਾਂਦਾ ਆਵੇ 'ਚ ਧਰਨ ਵਾਸਤੇ, ਅਤੇ ਪੱਕੀਆਂ ਉੱਧਰੋਂ ਫਿਲ ਬਜ਼ਾਰੇ 'ਤੇ ਲੱਦ ਦਿੰਦੇ ਆ, ਡੰਡੇ ਪੈਂਦੇ ਆ ਹੈਂ। ਨਾ ਆਵਾ ਮੁੱਕੇ ਅਤੇ ਨਾ ਖੋਤੇ ਦੀ ਜਾਨ ਛੁੱਟੇ, ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਇਸ ਦੀ ਬਣੀ ਹੋਈ ਹੈ। ਹਾਂਜੀ, ਇਸ ਵਾਸਤੇ ਇਹ ਹਾਲ ਹੈਗਾ। ਹਾਂਜੀ, ਇਹ ਕੁਟਲਦਾ ਕਾਰਨ, ਟੇਢੇਪਣ ਦੇ ਕਾਰਨ, ਹਾਂਜੀ ਕੇਵਿਧ ਹੋਏ ਜਾਂ ਕੋ ਹੋਏ ਸਨ, ਕਿਹੜੀ ਵਿਧੀ ਜਿੰਨਾ ਇਹਦਾ ਜੀਵਨ ਸਾਰਾ ਹੈ। ਹਾਂਜੀ, ਕਹਿ ਵਿਚਾਰ ਸਿੱਖ ਮਨ ਮੋਦੀ ਜੀ, ਫਿਰ ਮੈਨੂੰ ਵਿਚਾਰ ਕਰਕੇ ਸਿੱਖਿਆ ਹੈ, ਉਹ ਪੰਡਤ ਪ੍ਰਾਪਤ ਕਰ, ਪੰਡਤਾਂ ਜੀ ਪ੍ਰਾਪਤ ਕਰ ਲਈਏ। ਇਹ ਵਿਧ ਵੱਧ ਕਰਨਾ ਸਨ, ਇਸ ਤਰ੍ਹਾਂ ਕਰਨਾ ਦੇ ਘਰ, ਇਸ ਤਰ੍ਹਾਂ ਬਚਨ ਵੱਧ ਮੈਨੇ ਕਹਿ ਕਰਕੇ ਮਾਸ਼ਕਾਰੀ ਬਣ ਪਾਉਂਕੇ ਜੋ ਉਹਦੇ ਨੂੰ, ਫਿਰ ਤਾਂ ਉਹ ਚੁੱਪ ਹੋ ਗਿਆ ਸੀ ਨਾ। ਹਾਂਜੀ, ਦੂਰਾ ਮੂਲਿਓ ਵੱਲੋਂ ਸੁਣਤ ਵੱਜ ਅਸ ਵਿਚਾਰ, ਜੇ ਤੋ ਇਹ ਤੋ ਵਿਆਹ ਕਰਵਾਏ ਕਿਉਂ ਤੈਂ ਦੁੱਖ ਦਿਨ ਨੂੰ, ਹੁਣ ਮਿਹਣੇ ਤਾਨੇ ਮਾਰਦਾ ਨਾ, ਫਿਰ ਜੇ ਤੇਰੀ ਇਹੋ ਜਿਹੀ ਵਿਚਾਰ ਸੀ ਫਿਰ ਵਿਆਹ ਕਾਹਲੇ ਕਰਾਉਣਾ, ਮੈਨੂੰ ਦੋ ਕਾਹਲੇ ਦੇਣਾ ਸੀ, ਦਾਰੂ ਟੈ ਬਾਦ ਬਹੁ ਸੋਤੀ ਹੈ ਉਹਨਾਂ ਟਾਂਕ, ਐਂ ਸਾਰਾ ਧਨ ਵਿਅਰਥ ਲੁਟਾ ਤਾ, ਬਾਦ ਸੋਤ ਪੁੱਤਰ ਧੀਏ ਇਸਤਰੀ ਉਹਨਾਂ ਨੂੰ ਟਾਂਕ, ਟਾਕਾ ਮਾਤਰ ਵੀ ਨਹੀਂ ਦਿੱਤਾ, ਕੁਛ ਵੀ ਨਹੀਂ ਦਿੱਤਾ ਉਹਨਾਂ ਨੂੰ। ਹਾਂਜੀ, ਵਾਹਿਗੁਰੂ ਬਖਸ਼ ਲੈ ਦੇਖ ਲਓ ਹੈ, ਬਿਨ ਬਰੀੜਾ ਤਾਂ ਜੇ ਭਾਜਿਆ। ਹਾਂਜੀ, ਅਤੇ ਬਿਨ ਬਰੀੜਾ ਅਤੇ ਬਿਨਾ ਲੱਜਾ ਤੋਂ, ਬਰੀੜਾ ਮੈਨੇ ਲੱਜਾ ਤੋਂ,
ਹੁਣ ਆਪਾਂ ਤਾਂ ਕਹਿ ਨਹੀਂ ਸਕਦੇ, ਉਹ ਤਾਂ ਆਪਣੇ ਨੂੰ ਬੇਸ਼ਰਮੇ ਕਹਿ ਰਿਹਾ ਨਾ ਬਿਨਾਂ ਲੱਜਾ ਤੋਂ। ਕਹਿੰਦੇ ਭਾਜਿਆ ਕੌਣ ਕਹਿ ਸ਼੍ਰੀ ਮੋਹਾ ਕੌਣਾ, ਫਿਰ ਸਤਿਗੁਰੂ ਨੇ ਆਪਣੇ ਮੁਖਾਰਬਿੰਦ ਤੋਂ ਮੁੱਖ ਵਾਕ ਕਿਹਾ ਹੈ। ਇਸ ਵਾਸਤੇ ਦੇਖ ਲਓ ਕਿ ਜਿੰਨਾ ਚਿਰ ਗਿਆਨ ਦੀ ਅੱਖ ਨਹੀਂ ਮਿਲਦੀ ਅਤੇ ਗੁਰੂ ਸਾਹਿਬ ਨੇ ਵੀ ਕਿਸ ਤਰ੍ਹਾਂ ਦਾ ਭਜਨ ਵਲਾਸ ਲੋਕ ਕਰ ਰਹੇ ਹਨ। ਪਿੱਤਰ ਅਗਨਮਾ ਸਮੋਲੀ ਸਾਗਰ ਪੰਡੇ ਪਾਇਆ ਚੰਦ ਸੁਰਦੋਕਾਰੀ ਪਿੱਤਰ ਐਸਾ ਗਿਆਨ ਪਾਇਆ। ਇਸ ਵਾਸਤੇ ਪਿੱਤਰ ਪੂਰੀ ਤ੍ਰਿਸ਼ਨਾ ਅੰਦਰ ਕਹਿੰਦੇ ਬਹੁਤ ਤ੍ਰਿਸ਼ਨਾ ਅਤੇ ਆਸਾ ਆ, ਜਿਉਂ ਕਹਿੰਦੇ ਪਾਵਕ ਜਿਉਂ ਕਵੇ ਨਾ ਤ੍ਰਿਪਤਾਸਾ, ਜਿਵੇਂ ਅੱਗ ਜਿਹੜੀ ਕਦੀ ਤ੍ਰਿਪਤ ਨਹੀਂ ਹੁੰਦੀ। ਸਹਿ ਸਮਾਂਗ ਪੁਣ ਮਾਂਗ ਸੈਂਕੜੇ ਮਾਂ, ਪਹਿਲਾਂ ਤਾਂ ਕਹਿੰਦਾ ਰੋਟੀ ਮਿਲ ਜਾਏ ਇਹ ਬੜੀ ਹੈ ਦੋ ਵੇਲੇ, ਹੈਂ ਫਿਰ ਸੌ ਮਿਲ ਜਾਏ, ਫਿਰ ਹਜ਼ਾਰ, ਫਿਰ ਲੱਖ ਹੋਏ, ਫਿਰ ਕਰੋੜਾਂ ਅਤੇ ਅਪਾਰਾਂ, ਅਰਬ ਖਰ ਤ੍ਰਿਪਤ ਨੇ, ਅਰਬ ਖਰ ਮਿਲ ਜਾਏ ਫਿਰ ਵੀ ਤ੍ਰਿਪਤ ਨੇ। ਕਰ ਵਿਚਾਰ ਦੇਖੋ ਮਨ ਮੈਂ ਵਿਚਾਰ ਦੇਖ ਕੇ ਮਨ 'ਚ ਦੇਖ ਲਓ ਜੇ ਆ ਗਏ ਹੈ ਰੰਚਕ ਮੇਰੂ। ਹਾਂਜੀ ਫਿਰ ਕਹਿੰਦੇ ਕਿ ਦੇਖੀਏ ਤੇ ਜੇ ਆ ਗਏ ਜਿਹਦੇ ਅੱਗੇ ਇਹ ਰੰਚਕ ਮੇਰੂ, ਇਹ ਲਸਮੇਰ ਪਰਬ 'ਤੇ ਵੀ ਰਾਈ ਜਿੰਨਾ ਤੁਛ ਉਧਰ ਅਕਾਲ ਸਰ ਸਰ ਸੇਰੂ। ਇਸ ਤਰ੍ਹਾਂ ਫਿਰ ਜਿਹੜਾ ਉਧਰ ਪੇਟ ਆ ਇਹ ਦੇਖ ਲਓ ਇਹੋ ਜਿਹਾ ਆ। ਹਾਂਜੀ ਸਾਰੀ ਸ੍ਰਿਸ਼ਟੀ ਨੂੰ ਭਰ ਭਰ ਕੇ ਹਾਰ ਹੰਭ ਗਈ ਹੈ, ਇਹ ਭਰਦਾ ਨਹੀਂ, ਸਵੇਰੇ ਵਾਧੀ ਹੈ, ਚਾਹ ਵੇਲੇ ਫੇ ਆਉਣਾ ਹੋਇਆ, ਹੈਂ ਫੇ ਦੁਪਹਿਰੇ ਫੇ, ਹਾਂਜੀ ਇਸ ਤਰ੍ਹਾਂ ਹੋਇਆ ਹੋਇਆ ਇਹ। ਕ੍ਰਿਸ਼ਨਾ ਦਾ ਪੇਟ ਆਕਾਸ਼ ਤੁਲ ਨਹੀਂ, ਉਸ ਤੋਂ ਹੀ ਵੱਡਾ ਆ ਸਰ ਸਿਰੂ ਮੈਨੇ। ਹਾਂਜੀ ਇਹ ਜਿਹੜਾ ਕ੍ਰਿਸ਼ਨਾ ਦਾ ਪੇਟ ਆ ਇਹ ਕਿਸ ਤਰ੍ਹਾਂ ਦਾ ਆ, ਹਾਂਜੀ ਅਤੇ ਉਸ ਤੋਂ ਵੀ ਵੱਡਾ ਆ। ਹਾਂਜੀ ਪੇਟ ਆਕਾਸ਼ ਤੁਲ ਨਹੀਂ ਕਹਿੰਦੇ ਉਦੋਂ ਵੀ ਵੱਡਾ ਆ। ਸੁਣ ਸੁਣੋ ਬਨਸਪਤੀ ਸੰਸੰਕਾ, ਹਾਂਜੀ ਫਿਰ ਕਹਿੰਦੇ ਕਿ ਸੁਣੋ ਬਨਸਪਤੀ ਸੰਸੰਕਾ, ਸਰ ਸੇਰੂ ਦਾ ਮਤਲਬ ਬਹੁਤ ਵੱਡਾ ਨਾ, ਮੀਨਸ ਮੀਰ ਪਰਬਤ ਵੱਡਾ। ਇਸ ਤਰ੍ਹਾਂ ਸੁਣੋ ਬਨਸਪਤੀ ਸੰਸੰਕਾ, ਸੰਸੰਕਾ ਮੈਨੇ ਵੀ ਬਰੋਬਰ ਆ। ਹਾਂਜੀ ਕਿ ਜਿਸ ਤਰ੍ਹਾਂ ਕਵੀ ਜੀ ਦ੍ਰਿਸ਼ਟਾਂਤ ਬੜੇ ਸੋਹਣੇ ਸੋਹਣੇ ਦੇ ਕੇ ਸਮਝਾ ਰਿਹਾ ਕਿ ਹੁਣ ਸੁਣੋ ਜਿਹੜੀ ਬਨਸਪਤੀ ਹੈ ਸ਼ਾਖਾਂ ਸਮੇਤ, ਸਾਂ ਸਾਕਾ ਵੀ ਸ਼ਾਖਾਂ ਸਮੇਤ ਕਿਵੇਂ ਹੁੰਦੀ ਹੈ। ਹਾਂਜੀ ਜਿਵੇਂ ਉਹ ਦਰੱਖਤ ਦੀਆਂ ਸ਼ਾਖਾਂ ਨੂੰ ਗੰਧ ਗੰਭ ਵਧੀ ਜਾਂਦਾ, ਪਹਿਲਾਂ ਤਾਂ ਬੋਰਡ ਦਾ ਬੀ ਮਾੜਾ ਜਿਹਾ ਹੁੰਦਾ ਰਾਈ ਜਾਂਦੇ, ਇਸ ਤਰ੍ਹਾਂ ਕਹਿੰਦੇ ਫਿਰ ਜਿਹੜੇ ਗ੍ਰਿਸਤੀ ਹੋ ਜਾਂਦਾ ਫਿਰ ਇਹ ਵੀ ਦੇਖ ਲਓ ਕਿਸ ਤਰ੍ਹਾਂ। ਹਾਂਜੀ ਤੀਏ ਇਸਤਰੀ ਸੁਤਾ ਪੁੱਤਰੀ ਸੁੱਤ ਪੁੱਤਰ ਸਿਮਦੀ ਕੁੜਮ ਸਾਕਾ ਜਿਹੜੇ ਅੰਗ ਸਾਕ ਸੰਬੰਧੀ, ਜਿਉਂ ਤਨ ਬਿਰਧ ਹੋਏ ਤਨ ਵਾਧਾ, ਜਿਵੇਂ ਜਿਵੇਂ ਸਰੀਰ ਬਿਰਧ ਹੁੰਦਾ ਕਬੀਲਾ ਵੀ ਵਧੀ ਜਾਂਦਾ। ਇਸ ਵਾਸਤੇ ਜਿਵੇਂ ਮਨ ਫਾਂਦਾ ਦਿਨ ਰਾਤ ਉਹਨਾਂ ਜਵਾਨ ਫਸਿਆ ਨਾ ਨਿਕਲਦਾ ਨਹੀਂ, ਜਿਵੇਂ ਜਲਣ 'ਚ ਫਸ ਜਾ ਨਾ ਕੱਢੋ ਹੋ ਉੱਥੇ ਵਿੱਚ ਫਿਰ ਧੁਸੀ ਜਾਂਦਾ। ਦੋਹਰਾ ਮੁਕਤ ਹੈ ਤਿੰਨ ਤੇ ਕਬ ਨਹੀਂ ਫਸਿਓ ਸਵੈ ਸੁਹਾਏ, ਇਹਨਾਂ ਤੋਂ ਕਦੀ ਮੁਕਤ ਛੁਟਕਾਰਾ ਨਹੀਂ ਹੁੰਦਾ, ਬਸ ਇਹ ਪਰਿਵਾਰ ਦੇ ਮੋਹ 'ਚ ਫਸੇ ਦੀ ਵਿਹਾਏ ਉਮਰ ਐਵੇਂ ਬੀਤ ਜਾਂਦੀ ਹੈ। ਸਾਗਰ ਪਰਾਤਮ ਪਿੰਡ ਮੈਂ ਪਾਵੈ ਸੋ ਮੁਕਤਾਏ, ਇਹ ਸਾਗਰ ਰੂਪੀ ਨਿਰੰਕਾਰ ਨੂੰ ਜੇ ਪਾ ਲਵੇ ਤਾਂ ਮੁਕਤੀ ਪ੍ਰਾਪਤ ਹੁੰਦੀ ਹੈ, ਜੇ ਉਹਨੂੰ ਪ੍ਰਾਪਤ ਨਹੀਂ ਕੀਤਾ ਮੁਕਤੀ ਵੀ ਨਹੀਂ ਮਿਲਦੀ ਹੈ। ਉਹ ਕਿਰਪਾ ਕਰੇ ਫਿਰ ਜਾ ਕੇ ਮੁਕਤੀ ਜਿਹੜੀ ਹੈ ਹਾਂਜੀ ਉਹ ਪ੍ਰਾਪਤ ਹੁੰਦੀ ਹੈ, ਉਹਦੀ ਕਿਰਪਾ ਤੋਂ ਬਿਨਾਂ ਮੁਕਤੀ ਵੀ ਪ੍ਰਾਪਤ ਨਹੀਂ ਹੁੰਦੀ। ਹਾਂਜੀ
ਸੋਪੇ ਘੱਟ ਮੈਂ ਚੰਦ ਸੂਰਿ ਪ੍ਰਕਾਸ਼ ਆ। ਹਾਂਜੀ, ਸਰੀਰ ਦੇ ਵਿੱਚ ਇਹ ਚੰਦ ਸੂਰ ਦਾ ਪ੍ਰਕਾਸ਼ ਹੋਏ ਗਿਆਨ ਤੋ ਸਭ ਕੁਛ ਪਾਸਾ। ਜਦੋਂ ਗਿਆਨ ਹੋਵੇ ਤਾਂ ਸਾਰਾ ਕੁਝ ਪ੍ਰਤੀਤ ਹੋ ਰਿਹਾ, ਕਿਉਂ ਸਰੀਰ ਦੇ ਵਿੱਚ ਵੀ ਜਿਹੜੀ ਖੱਬੀ ਸੋ ਰਿਹਾ ਇਹ ਚੰਦਰਮਾ, ਸੱਜੀ ਸੂਰਜ ਹੈ, ਸਾਰੇ ਦੇਵਤੇ ਵਿੱਚ ਨਿਵਾਸ ਕਰ ਰਿਹਾ। ਜਦੋਂ ਆਤਮਾ ਦਾ ਗਿਆਨ ਹੋਵੇ ਤਾਂ ਸਾਰਾ ਕੁਝ ਪ੍ਰਤੀਤ ਹੁੰਦਾ, ਉਵੇਂ ਨਹੀਂ ਵੀ ਕੀ ਹੈ ਇਹਦੇ 'ਚ। ਨਾਭ ਕੰਬਲ ਮੁੰਦਰਤ ਵਪਰੀਤਾ, ਜਦੋਂ ਕਹਿੰਦੇ ਉਹ ਨਾਭੀ ਕੰਬਲ ਜਿਹੜਾ ਮੁੰਦਿਆ ਹੁੰਦਾ, ਭਾਵ ਕਿ ਵਪਰੀਤ ਪੁੱਠਾ ਹੋਇਆ ਹੋਇਆ। ਕਿਉਂ ਪ੍ਰਕਾਸ਼ ਹੋਇਆ ਨਰਚੀਤਾ, ਕਹਿੰਦੇ ਜਿੰਨਾ ਚਿਰ ਸਿੱਧਾ ਨਹੀਂ ਹੁੰਦਾ ਮਨੁੱਖ ਦੇ ਹਿਰਦੇ 'ਚ ਪ੍ਰਕਾਸ਼ ਕਿਵੇਂ ਹੋਵੇਗਾ, ਨਹੀਂ ਹੋਏਗਾ। ਸੂਦੇ 'ਤੇ ਵਿਕਸਿਆ ਪ੍ਰਕਾਸ਼, ਜਿਹੜੇ ਸਿੱਧਾ ਹੋ ਜਾ ਖਿੜ ਜਾ ਫਿਰ ਪ੍ਰਕਾਸ਼ਮੇ ਹੀ ਹੁੰਦਾ। ਹਵੈ ਤਾਂ ਉਹ ਗਿਆਨ ਅਗਿਆਨ ਬਣਾ, ਜਦੋਂ ਗਿਆਨ ਹੋ ਜਾ ਫਿਰ ਅਗਿਆਨਤਾ ਦਾ ਨਾਸ ਹੋ ਜਾਂਦਾ। ਸੋ ਗਿਆਨ ਗੁਰੂਵਿੰਨ ਨੇ ਪਾਇਆ, ਕਹਿੰਦੇ ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਪਾਇਆ ਜਾਂਦਾ। ਤਾਂ ਮੈਂ ਗਿਆਨ ਨੇ ਅਣਕ ਦੁਹਰਾਇਆ, ਕਹਿੰਦੇ ਜਿਹੜਾ ਹਨੇਰਾ ਰੂਪੀ ਅਗਿਆਨ ਹੈ ਇਸ ਨੇ ਸਾਰਾ ਕੁਛ ਛੁਪਾਇਆ ਹੋਇਆ, ਦੁਹਰਾਇਆ ਮੈਨੇ ਛੁਪਾਇਆ। ਸ਼੍ਰੀ ਨਾਨਕ ਮੁੱਖ ਤੋਸ਼ਣ ਕਿੰਨਾ, ਸ਼੍ਰੀ ਸ਼੍ਰੋਮਣੀ ਸਤਿਗੁਰੂ ਜੀ ਮੁਖਾਰਵਿੰਦ ਤੋਂ ਖਮੋਸ਼ ਹੋ ਗਏ, ਪੁਨ ਸ਼ਾਮਾ ਬੋਲਿਓ ਮਨ ਚੀਨਾ। ਫਿਰ ਉਹ ਸ਼ਾਮਾ ਪੰਡਿਤ ਲਿਆਇਆ ਸੀ ਨਾ, ਉਹ ਵਿਚਾਰ ਕਰਕੇ ਬੋਲਣ ਲੱਗਾ, ਰਾਮ ਸਿਮਰ ਕੀਜਿਆ ਨਿਜਕਾਰੀ, ਕਹਿੰਦਾ ਰਾਮ ਰਾਮ ਵੀ ਸਿਮਰਿਆ ਕਰ ਅਤੇ ਕੰਮ ਵੀ ਕਰਿਆ ਕਰ। ਬਨ ਪੁਨ ਸਜਣ ਰਾਮ ਲਏ ਸਾਰੀ ਇਹ ਘਰ ਦੀ ਖਬਰ, ਕਹਿੰਦੇ ਰਾਮ ਆਪੇ ਲੈਂਦਾ। ਦੋਹਰਾ ਰਾਮ ਰਵੇ ਜਲ ਥਲ ਵੇਖੇ ਸੁੱਧ ਸਭ ਕੀ ਸੋਲੇ, ਉਹ ਜਿਹੜਾ ਰਾਮ ਉਹ ਤਾਂ ਸਾਰੇ ਰਵਿਆ, ਉਹ ਜਲਾਂ ਥਲਾਂ ਵਿੱਚ ਸਾਰਿਆਂ ਦੀ ਖਬਰ ਲੈ ਰਿਹਾ। ਸੁਣਤੀ ਸਰਪਦ ਸ਼ਬਦ ਸੋ ਬਦ ਪੈ ਜਗਦੇਵ, ਫਿਰ ਤੀਸਰਾ ਜਿਹੜਾ ਸ਼ਬਦ ਦਾ ਪਦ ਚਰਨ ਸੀ ਨਾ, ਉਹ ਜਗਤ ਦੇ ਦੇਵ ਪ੍ਰਕਾਸ਼ ਰੂਪ ਬਦਤ ਮੈਨੇ ਉਚਾਰਨ ਕਰ ਰਹੇ ਹਨ। ਸ਼੍ਰੀ ਮੁੱਖ ਵਾਕ, ਰਾਮ ਰਵੰਤਾ ਜਾਣੀਏ ਕਮਾਈ ਭੋਗ ਕਰੇ, ਤਾਂ ਕਿ ਲੱਛਣ ਜਾਣੀਏ ਖੇਮਾ ਤਨ ਸੰਗਰੇ। ਜਿਹੜੇ ਕਹਿੰਦੇ ਮਾਇਆ ਦੇ ਮੋਹ ਨੂੰ ਮਾਰ ਲੈਂਦਾ ਹੈ ਅਤੇ ਉਸ ਨਿਰੰਕਾਰ ਨੂੰ ਸਰਵ ਵਿਆਪੀ ਜਾਣਦਾ ਹੈ, ਕਹਿੰਦੇ ਇਹ ਜਾਣ ਲਓ ਇਹੋ ਜਿਹਾ ਜਿਹੜਾ ਗੁਰਮੁਖ ਪਿਆਰਾ ਉਹਦੇ ਲੱਛਣ ਇਹੋ ਆ, ਉਹ ਖੇਮਾ ਰੂਪੀ ਧਨ ਨੂੰ ਇਕੱਠਿਆਂ ਕਰਦਾ, ਸੰਗਰੇਹ ਮੈਨੇ ਇਕੱਠਾ ਕਰਦਾ ਹੈ। ਇਸ ਵਾਸਤੇ ਫਿਰ, ਕਿਉਂਕਿ ਮਾਇਆ ਦਾ ਜਿਹੜਾ ਮੋਹ ਆ ਇਹ ਵੀ ਉਹਦੀ ਕਿਰਪਾ ਤੋਂ ਬਿਨਾਂ ਮਰਦਾ ਨੇ। ਰਾਮ ਰਵੰਤਾ ਜਣੇ ਕਮਾਈ ਭੋਗ ਕਰੇ, ਪਰਮੇਸ਼ੁਰ ਨਾਮ ਉਚਾਰਨ ਵਾਲੇ ਤਾਂ ਜਾਣਨਾ ਕਰੀਏ ਜੇ ਮਾਇਆ ਦਾ ਭੋਗ ਮੈਨੇ ਤਿਆਗ ਕਰ ਦੇਵੇ, ਇਹਦੇ ਮੋਹ ਨੂੰ ਤਿਆਗ ਦੇਵੇ, ਤਾਂ ਕਿ ਲੱਛਣ ਜਾਣੇ ਖਿਮਾ ਤੁਹਾਨੂੰ ਸੰਗਰੇ, ਉਹ ਗੁਰਮੁਖਾਂ ਦੇ ਲੱਛਣ ਜਾਣਨਾ ਕਰੀਏ, ਉਹ ਖਿਮਾ ਰੂਪੀ ਤਾਂ ਦੌਲਤ ਨੂੰ ਇਕੱਠੀ ਕਰਦੇ ਆ। ਇਸ ਪ੍ਰਕਾਰ ਫਿਰ ਚੌਵੀ ਰਾਮ ਰਵਿਆ ਸੂ ਪਹਿਚਾਨੇ, ਉਹ ਰਮੇ ਰੱਬ ਨੂੰ ਵਿਆਪਕ ਨੂੰ ਉਹ ਜਾਣਦੇ ਆ। ਇਸ ਪ੍ਰਕਾਰ ਲੱਛਣ ਮਨ ਠਾਨੇ, ਜਿਹਨਾਂ ਨੇ ਇਸ ਤਰ੍ਹਾਂ ਦੇ ਲੱਛਣ ਮਨ 'ਚ ਠਾਨੇ ਮੈਨੇ ਧਾਰੇ ਆ, ਮਾਇਆ ਵਰਤੇ ਹੋਏ ਅਧਾਰਾਂ ਉਹ ਖੁੱਲ੍ਹਦੇ ਨਾ, ਮਾਇਆ ਦੀ ਵਰਤੋਂ ਕਰੇ ਰਾਂਚਕ ਵਰਨਾ ਕਰੇ ਤੇ ਪਿਆਰ, ਥੋੜ੍ਹਾ ਮਾਤਰ ਵੀ ਮਾਇਆ ਨਾ ਪਿਆਰ ਨਾ ਕਰੇ। ਦੈਵ ਸੰਪਤਾ ਕੇ ਗੁਣ ਜੇਤੇ, ਦੈਵੀ ਸੰਪਤਾ ਕੀ ਹੈ, ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ, ਅਤੇ ਅਸੂਰੀ ਸੰਪਤਾ ਕੀ ਹੈ, ਕਾਮ ਕੁਲੋਂ ਅਹੰਕਾਰ, ਇਹ ਦੁਸ਼ਟ ਸੰਪਤੌਕੜੀ ਹੈ ਨਾ, ਇਹਨੂੰ ਅਸੂਰੀ ਸੰਪਦਾ ਕਹਿੰਦੇ ਆ। ਜਿੰਨੇ ਦੈਵੀ ਸੰਪਤਾ ਦੇ ਗੁਣ ਆ, ਖੇਮਾ ਆਦਿ ਸੰਗ੍ਰਹਿ ਸਭ ਤੇਤੇ, ਖੇਮਾ ਆਦਿਕ ਜਿਹੜੇ ਪਵਿੱਤਰ ਗੁਣ ਇਹਨਾਂ ਨੂੰ ਜਿੰਨੇ ਵੀ ਆ ਹੈਂ ਇਕੱਠਿਆਂ ਕਰੇ। ਧੰਨ ਧੰਨ ਬਾਬਾ ਵੀਰ ਸਿੰਘ ਦੇ ਲੱਠਾ ਅੱਠਾਂ ਤੋਪਾਂ ਦੇ ਗੋਲੇ ਚੱਲਦੇ, ਇੰਨੀ ਖੇਮਾ ਧਰਤੀ ਹਿੱਲ ਰਹੀ ਹੈ, ਭਚਾਲ ਮੂੰਹ ਐਂ ਡੋਲਦੀ, ਪਰ ਉਹਨਾਂ ਨੂੰ ਕੋਈ ਡਲਾ ਸਕਿਆ। ਸੋ ਬਨ ਸਦਨ ਵੇਖੇ ਇੱਕ ਸਾਰਾ, ਉਹ ਚਾਹੇ ਘਰ ਚਾਹੇ ਜੰਗਲ 'ਚ ਉਹਨਾਂ ਲਈ ਇੱਕ ਸਾਰਿਆਂ ਜਾਣਿਓ ਰਵਿਓ ਰਾਮ ਅਵਤਾਰਾ, ਉਹਨਾਂ ਨੇ ਫਿਰ ਪਰਮੇਸ਼ੁਰ ਨੂੰ ਰਵਿਆ ਵਿਆਪਕ ਸਰੂਪ ਕਰਕੇ ਜਾਣਿਆ ਹੈ ਕਿ ਉਹ ਬੜਾ ਅਵਤਾਰ ਸ੍ਰੇਸ਼ਟ ਹੈ। ਸੁਣ ਇਹ ਮੂਲੇ ਵਚਨ ਖਨ, ਕਿਉਂ ਸੁਣ ਕੇ ਮੂਲ ਚੰਦ ਕਹਿਣ ਲੱਗਾ ਇਹ ਤਾਂ ਸਿਰੜੀ ਮਤ ਬਪੁਰਾਨਾ, ਕਹਿੰਦਾ ਬੜਾ ਸਿਰੜੀ ਹੋ ਗਿਆ ਇਹਦਾ ਮਤ ਬੋਰਾ, ਹਾਂਜੀ ਮਤ ਦਾ ਬੋਰਾ ਬਣ ਗਿਆ, ਕਿਆ ਬੋਲ ਸਮਝੇ ਸੋ ਨਾਹੀਂ, ਇਹ ਕੀ ਬੋਲਦਾ ਸਮਝ ਨਹੀਂ ਆ ਰਹੀ, ਮਨ ਉਪਜਨ ਮੁਖਾਵਤ ਪ੍ਰਾਹੀ, ਜੋ ਇਹਦੇ ਮਨ 'ਚ ਆਉਂਦਾ ਹੋਏ ਮੂੰਹ ਤੋਂ ਹਾਂਜੀ ਅਰਲ ਵੱਲ ਬੋਲੀ ਜਾ ਰਿਹਾ। ਦੇਖ ਲਓ ਗੁਰੂ ਸਾਹਿਬ ਲਈ ਸਹੁਰਾ ਕੀ ਕਹਿ ਰਿਹਾ, ਕਹਿਓ ਕਿਸੂ ਕੋ ਸੁਣੇ ਨਾ ਮਨ, ਨਾ ਕਹਿੰਦਾ ਕਿਹਾ ਸੁਣਦਾ ਨਾ ਮੰਨਦਾ, ਕਿਉਂ ਪੰਡਿਤ ਦੇ ਸੰਗ ਬਖਾਨੇ, ਕਹਿੰਦੇ ਪੰਡਿਤਾਂ ਕਾਹਲੀ ਪੁੜ ਪੁੜੀ ਪਾਠ ਹੀ ਨਾ ਕਰਦਾ, ਇਹਨੂੰ ਕਦੇ ਸਮਝ ਆਉਣੀ ਆ। ਸ਼ਾਮੇ ਨੂੰ ਕਹਿੰਦਾ ਲੱਗਾ ਆਪਣੇ ਪੁਰੋਹਿਤ ਨੂੰ, ਨਾ ਬੋਲੋ ਗੱਬ ਨੂੰ, ਨਹੀਂ ਤਾਂ ਐਵੇਂ ਨਾ ਬੋਲੀ ਜਾ, ਚਲੋ ਚਲੀ ਜਾ ਆਪਣੇ ਘਰ ਨੂੰ, ਤੁਮੇ ਆਏ ਚੱਲ ਹਮਰੇ ਕੰਮ, ਤੂੰ ਮੇਰੇ ਕੰਮ ਲਈ ਆਇਆ ਸੀ, ਪਰ ਇੱਥੇ ਮਗਜ਼ ਖਪਾਈ ਕਰਨ ਦਾ ਕਹਿੰਦਾ ਕੋਈ ਫਾਇਦਾ ਨਹੀਂ, ਇਹ ਬਿਲ ਸੁਣ ਕਰ
ਕੋ ਮਤ ਨਾ ਕਦਨਾ। ਇਹ ਭਜਨ ਸੁਣ ਕੇ ਕੋਟੀ ਮਤ ਨੂੰ ਨਾਸ ਕਰਨ ਵਾਲੇ ਪਾਤਸ਼ਾਹ ਜੀ ਨਕਦਨ ਮੈਨੇ ਕੱਟਣ ਵਾਲੇ ਸਮਤ ਸਦਨ ਬੋਲੇ ਸੱਚ ਬਚ ਬਦਨ ਕਹਿੰਦੇ ਸ੍ਰੇਸ਼ਟ ਬੁੱਧੀ ਦੇ ਸਦਨ ਘਰ ਹੈਂ ਵੀ ਆਪਣੇ ਬਦਨਾ ਮੈਨੇ ਬੁਖਾਰ ਵਤੋਂ ਬਚ ਮੈਨੇ ਬਚਨ ਬੋਲੇ ਹਨ। ਬਦਨਾ ਦੇਖਦਾ ਕਿਵੇਂ ਲਿਖੀ ਜਾਂਦਾ ਸ਼ਬਦ ਸੋ ਪਦ ਚਤੁਰਥ ਪਦ ਕਹਾ। ਫਿਰ ਸ਼ਬਦ ਦਾ ਜਿਹੜਾ ਚੌਥਾ ਚਰਨ ਸੀ ਨਾ ਚੌਥਾ ਪਹਿਰਾ ਸੀ ਬੰਦ ਸੀ ਉਹ ਕਿਹਾ ਨੇ ਸਿੱਖਣ ਜਿਨ ਸਭ ਦੁੱਖ ਦਾ ਹਾਂ ਜਿਨ੍ਹਾਂ ਨੇ ਆਪਣੇ ਸੁੱਖਾਂ ਦਾ ਸਾਰਾ ਦੁੱਖ ਦਾ ਹਾਂ ਮੈਨੇ ਨਾਸ ਕਰ ਦਿੱਤਾ ਹੈ। ਸ੍ਰੀ ਮੁੱਖ ਵਾਕ ਕਹਿਆ ਸੁਣਨਾ ਖਾਇਆ ਮਨ ਤਿੰਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸ ਹੰਦਾਸਾ ਖਿੰਨ ਤੋਲਾ ਖਿੰਨ ਮਾਸਾ। ਫਿਰ ਪਾਤਸ਼ਾਹ ਕਹਿਣ ਲੱਗੇ ਹਾਂਜੀ ਕਹਿਆ ਸੁਣਨ ਖਾਇਆ ਮਨ ਜਿਹੜੇ ਸਾਗ ਸੰਬੰਧੀ ਹੈ ਤਥਾ ਇੰਦਰੇ ਕਹਿਆ ਹੋਇਆ ਬਚਨ ਸੁਣਦੇ ਨਹੀਂ ਅਤੇ ਨਾ ਖਾਧਾ ਪਦਾਰਥ ਮੰਨਦੇ। ਕਹਿੰਦੇ ਤੂੰ ਸਾਨੂੰ ਕੀ ਦਿੱਤਾ ਅਸੀਂ ਤਾਂ ਆਪਣੀ ਪਰਵਾਹ ਖਾਂਦੇ ਹਾਂ ਬੁਰਿਓ ਹਾਂ ਹੀ ਸੁਣਾਉਂਦੇ ਨਾ। ਫਿਰ ਜਿਹੜੇ ਸਾਗ ਸੰਬੰਧੀ ਇੰਦਰੀਆਂ ਦੇ ਨਾਲ ਇਹ ਜੀਵ ਦਾ ਵਾਸਾ ਵਸੇਬਾ ਹੋ ਰਿਹਾ ਹਾਂਜੀ ਪ੍ਰਾਣਵਤ ਨਾਨਕ ਦਾਸ ਹੁੰਦਾ ਸਾਖੇ ਤੋਂ ਲਖਣ ਵਾਸ ਪਾਤਸ਼ਾਹ ਜੀ ਪ੍ਰਾਣਤ ਮੈਨੇ ਕਥਨ ਕਰ ਰਿਹਾ ਤੂੰ ਦਾਸਾਂ ਦਾ ਦਾਸ ਬਣ ਜਾਏ ਫਿਰ ਤਾਂ ਤਰ ਜਾਏਗਾ ਹਾਂਜੀ। ਅਤੇ ਜਿਹੜਾ ਮਨ ਆ ਇਹ ਤਾਂ ਇੱਕ ਖਨ ਵਿੱਚ ਤੋਲਾ ਦੂਜੇ ਖਨ ਵਿੱਚ ਮਾਸਾ ਹੋ ਜਾਂਦਾ ਇਹਦੀ ਤਾਂ ਇਹ ਹਾਲਤ ਆ ਹੈਂ। ਕਈ ਵਾਰੀ ਤਾਂ ਬੜਾ ਫੁੱਲ ਵਾਲਾ ਬਣ ਜਾਊ ਕਈ ਵਾਰੀ ਹੋਰ ਆਈ ਵੀ ਨਹੀਂ ਇਹ ਮਨ ਦੀ ਹਾਲਤ ਇਹ ਹੈ ਐਸੀ ਹਾਲਤ ਹੈ। ਸੋ ਇਸ ਵਾਸਤੇ ਇਹ ਪਾਤਸ਼ਾਹ ਨੇ ਫਿਰ ਉਪਦੇਸ਼ ਦਿੱਤਾ ਸਹੁਰੇ ਨੂੰ ਵੀ ਤੋ ਜਿਹੜਾ ਪੰਡਿਤ ਆਇਆ ਸੀ ਚੌਪਈ ਹਾਂਜੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਤ ਦੇ ਰਹੇ ਹੈ ਦੋਹਰਾ ਭਾਰ ਕੀ ਬਸ ਆਪ ਹੀ ਕਹਿਆ ਸੁਣਦ ਨੇ ਜੋ ਇਹ ਜਿਹੜਾ ਕਹਿੰਦੇ ਆਪ ਇਹ ਮਨ ਇੰਦਰੀਆਂ ਦਾ ਗੁਲਾਮ ਬਣਿਆ ਹੋਇਆ ਬਸ ਹੋਇਆ ਹੋਇਆ ਕਹਿਆ ਸੁਣਦ ਨੇ ਜੋ ਇਹ ਜਿਹੜਾ ਕਹਿਆ ਸੁਣਦਾ ਨਹੀਂ ਸ਼ੁਭ ਉਪਦੇਸ਼ ਨਾ ਮਨ ਹੀ ਚੈਤ ਬਿਖੈ ਨਿਤ ਸੋਏ ਇਹ ਪਵਿੱਤਰ ਪੇ ਨੂੰ ਮੰਨਦਾ ਨਹੀਂ ਬਿਖੇ ਬਕਾਰਾਂ ਨੂੰ ਨਿਤ ਚਾਹੁੰਦਾ ਇਹਦੇ ਜੀ ਦੀ ਪ੍ਰੀਤੀ ਹੈ। ਚੌਪੀ ਪੇਖਤ ਰੂਪ ਨਾ ਨੈਣਾ ਗਾਏ ਇਹ ਜਿਹੜੀਆਂ ਅੱਖਾਂ ਹਨ ਇਹ ਆ ਰੂਪ ਦੇਖ ਦੇਖ ਨਹੀਂ ਰੱਜਦੀਆਂ। ਭਾਈ ਗੁਰਦਾਸ ਵੀ ਕਹਿੰਦੇ ਅੱਖਾਂ ਦੇਖਣਾ ਰੱਜੀਆਂ ਬਰੰਗ ਤਮਾਸ਼ੇ ਰੱਜਦੀਆਂ ਆ ਦੁਨੀਆਂ ਫਿਲਮਾਂ ਦੇਖ ਦੇਖ ਕੇ ਅੰਨੇ ਹੋ ਰਹੇ ਆ ਨਿਆਣਿਆਂ ਦੇ ਛੋਟੇ ਛੋਟੇ ਐਨਕਾਂ ਲੱਗੀ ਜਾਂਦੀਆਂ ਉਹ ਜਿਹੜੀਆਂ ਰੇਸ ਆ ਖਰਾਬ ਕਰਦੀਆਂ। ਕਰਨ ਰਾਗ ਸੁਣਨਾ ਤ੍ਰਿਪਤਾਏ ਜਿਹੜੇ ਕੰਨ ਆ ਉਹ ਰਾਗ ਗੀਤ ਸੁਣ ਸੁਣ ਰੱਜਦੇ ਤ੍ਰਿਪਤ ਨਹੀਂ ਹੁੰਦੇ। ਘਰਾਣ ਸੁਗੰਧ ਸਦਾ ਹੀ ਚਾਹ ਹੁਣ ਤਾਂ ਇੰਨਾ ਚੱਲਦਾ ਦਿਨ ਰਾਤ ਟੇਪਾਂ ਸਪੀਕਰ ਚੱਲੀ ਜਾਂਦੇ ਆ ਇਹ ਵੀ ਪ੍ਰਦੂਸ਼ਣ ਆ ਬਹੁਤ ਵੱਡਾ ਇਹਦਾ ਵੀ ਕੰਨਾਂ ਦੇ ਉੱਤੇ ਦਿਮਾਗ 'ਤੇ ਬੜਾ ਮਾੜਾ ਅਸਰ ਪੈ ਰਿਹਾ ਪਰ ਨਹੀਂ ਹਟਦੇ ਕੰਨਾਂ 'ਚ ਟੂਟੀਆਂ ਘਸੋੜੀ ਫਿਰਦੇ ਆ। ਘਰਾਣ ਸੁਗੰਧ ਸਦਾ ਹੀ ਚਾਹੇ ਜਿਹੜੀ ਘਰਾਣ ਨਾਸਕਾ ਇਹ ਸਦਾ ਸੁਗੰਧੀਆਂ ਨੂੰ ਚਾਹੁੰਦੀ ਹੈ ਰਸਨਾ ਸਵਾਦੇ 'ਤੇ ਨਾ ਹਟਾਏ ਜਿਹੜੀ ਰਸਨਾ ਆ ਇਹ ਸਵਾਦਾਂ ਤੋਂ ਨਹੀਂ ਹਟਦੀ ਇਸ ਵਾਸਤੇ ਸਵਾਦਾਂ ਤੋਂ ਨਹੀਂ ਹਟਦੀ ਆਗਿਆ ਕੋ ਖਾਇਓ ਨੇ ਮੰਨੇ ਹਾਂਜੀ ਹਾਂਜੀ। ਫਿਰ ਇਸ ਪ੍ਰਕਾਰ ਕਹਿੰਦੇ ਪਹਿਲੀ ਜ਼ਿੰਦਗੀ ਜਿਹੜੀ ਵਿੱਚ ਖਾਧਾ ਪੀਤਾ ਹੈ ਉਹਨੂੰ ਮੰਨਦਾ ਹੀ ਨਹੀਂ ਬਾਸਾ ਤੇ ਨਹੀਂ ਸੋ ਨਿਤ ਠੰਨ ਇਹਨਾਂ ਇੰਦਰੀਆਂ ਵਿੱਚ ਇਹ ਵਸਣਾ ਚਾਹੁੰਦਾ ਇਹਨਾਂ ਨਾਲ ਪਿਆਰ ਆ ਜਿਹੜੀਆਂ ਪੁੱਠੇ ਪਾਸੇ ਪ੍ਰੇਰ ਪ੍ਰੇਰ ਕੇ ਮਨ ਨੂੰ ਲਈ ਜਾਂਦੀਆਂ ਤੁਹਾਨੂੰ ਦਿਜ ਹੋਵੇ ਹਰ ਦਸ ਹੁੰਦਾ ਕਹਿੰਦੇ ਹੇ ਦਿਜ ਬ੍ਰਾਹਮਣ ਸੁਣ ਲਾ ਹੈਂ ਨਿਰੰਕਾਰ ਦੇ ਦਾਸਾਂ ਦਾ ਦਾਸ ਬਣ ਜਾ ਦਾਸਾਂ ਦਾ ਦਾਸ ਬਣ ਜਾ ਬੰਦਾ ਸਦਾ ਪਾਏ ਸੁੱਖ ਰਸਾ ਜੇ ਤੂੰ ਚਰਨਾਂ ਦੇ ਮੱਥਾ ਟੇਕੇਗਾ ਤੇ ਸੁੱਖਾਂ ਦਾ ਜਿਹੜਾ ਭੰਡਾਰ ਆ ਉਹਨੂੰ ਤੂੰ ਪ੍ਰਾਪਤ ਕਰ ਲਵੇਂਗਾ ਸੁੱਖਾਂ ਦਾ ਜਿਹੜਾ ਭੰਡਾਰ ਆ ਉਹਨੂੰ ਤੂੰ ਪ੍ਰਾਪਤ ਕਰ ਲਵੇਂਗਾ ਤੈਨੂੰ ਸੁੱਖਾਂ ਦੀ ਰਾਸੀ ਮਿਲ ਜਾਏਗੀ। ਮਨ ਕੀ ਦਸ਼ਾ ਨਾ ਇੱਕ ਰਸ ਕਵੀ ਇਹ ਮਨ ਦੀ ਜਿਹੜੀ ਦਸ਼ਾ ਕਦੇ ਇੱਕ ਰਸ ਨਹੀਂ ਰਹਿੰਦੀ ਹੈਂ ਦਿਹਾੜੀ 'ਚ ਕਿੰਨੇ ਤਰੰਗ ਆਉਂਦੇ ਪਤਾ ਲੱਗਦਾ ਕਦੀ ਕੁਛ ਕਦੀ ਕੁਛ ਟਕਾਅ ਹੈ ਹੀ ਨਹੀਂ ਹਾਂਜੀ। ਪਾਏ ਪਦਾਰਥ ਤੋਲਾ ਕਵੀ ਕਦੀ ਪਦਾਰਥ ਨੂੰ ਪਾ ਕੇ ਤੋਲਾ ਬਣ ਜਾਂਦਾ ਕਦੀ ਮਾਸਾ ਹੋ ਜਾਂਦਾ ਜਬ ਜਾਵੇ ਹਰਥ ਮਹੀਨਾ
ਜਦੋਂ ਫਿਰ ਇਹ ਖੁਸ਼ੀ ਤੋਂ ਰਹਿਤ ਹੋ ਜਾਂਦਾ, ਮਾਸਾ ਸੋਕ ਵਿਖੇ ਤਹਿ ਚਿੰਨ, ਫਿਰ ਦੁੱਖ ਘਟਦਾ, ਹਾਂਜੀ ਮਾਸਾ ਸ਼ੋਕ ਵਿਖੇ ਤਹਿ ਚਿੰਨ, ਫਿਰ ਇਸ ਵਾਸਤੇ ਹਾਂਜੀ ਮਾਸਾ ਹੋ ਜਾਂਦਾ ਸ਼ੋਕ ਵਿੱਚ ਹੀ, ਹੈਂ ਤਹਿ ਚਿੰਨ ਸ਼ੋਕ 'ਚ ਜਾਣਿਆ ਜਾਂਦਾ ਉਸ ਵੇਲੇ, ਹੈਂ ਇਸ ਵਾਸਤੇ ਜਦੋਂ ਤਾਂ ਹਾਂਜੀ ਜਬ ਜਬ ਹਰ ਇੱਕ ਮਹੀਨਾ, ਹਾਂਜੀ ਜਦੋਂ ਕੋਈ ਧਨ ਚੱਲ ਜਾਂਦਾ ਹਰ ਇੱਕ ਖੁਸ਼ੀ ਤੋਂ ਰਹਿਤ ਹੋ ਜਾਂਦਾ, ਹੈਂ ਮਾਸਾ ਸ਼ੋਕ ਵਿਖੇ ਤਹਿ ਚਿੰਨ, ਫਿਰ ਜਿਹੜੇ ਮਾਸਾ ਬਣ ਜਾਂਦਾ ਤੁਸ਼ ਹੋ ਜਾਂਦਾ ਸ਼ੋਕ ਦੇ ਵਿੱਚ ਚਿੰਨ ਜਾਣਿਆ ਜਾਂਦਾ, ਇਹਦੀ ਹਾਲਤ ਇਹ ਕਰੋ ਪਾਏ ਸਵਾਰਨ ਕਰਨ। ਇਸ ਵਾਸਤੇ ਇਹ ਪੰਡਿਤ ਜੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਕੋਈ ਨਾ ਕੋਈ ਅਪਾਵ ਹੀਲਾ ਬਹਾਨਾ ਕਰੀਏ, ਸ਼ਾਮੇ ਨੂੰ ਕਹਿ ਰਿਹਾ ਜਗਤ ਇਹ ਹੋ ਗਿਆ ਜੀਵ ਆਧਾਰਨ, ਹੈਂ ਸੰਸਾਰ ਤੋਂ ਤੁਹਾਡੀ ਆਤਮਾ ਦਾ ਆਧਾਰ ਹੋ ਜਾਏ। ਦੋਹਰਾ ਸੁਣ ਪੰਡਿਤ ਕਰ ਬੰਧ ਕਹਿ ਨਮਸਕਾਰ ਪੱਗ ਕੀਨ। ਇਹ ਬਚਨ ਸੁਣ ਕੇ ਜਿਹੜਾ ਪੰਡਿਤ ਸੀ ਹੱਥ ਜੋੜ ਕੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਮਹਾਂਪੁਰਖ ਜਾਣੇ ਰਹੇ ਇਨ ਸਮ ਕੋ ਨਾ ਪ੍ਰੂਣ। ਹੁਣ ਪਹਿਲਾਂ ਤਾਂ ਆਇਆ ਸੀ ਨਾ ਮੱਤ ਦੇਣ, ਅਤੇ ਜਿਹੜੇ ਹੁਣ ਮਹਾਰਾਜ ਨੇ ਸਾਰਾ ਸਮਝਾਇਆ, ਹੁਣ ਅਕਲ ਆ ਗਈ ਸ਼ਾਮੇ ਦੀ ਦੇ ਟਿਕਾਣੇ। ਕਹਿੰਦੇ ਇਹ ਤਾਂ ਮਹਾਂਪੁਰਖ ਆ, ਇਹਦੇ ਜਾਣ ਲਿਆ, ਕਹਿੰਦੇ ਇਹਨਾਂ ਦੇ ਬਰਾਬਰ ਕੋਈ ਪ੍ਰਵੇਨ ਸਿਆਣਾ ਨਹੀਂ। ਸੋਲਠਾ ਦੇਖ ਦੀਨਤਾ ਦਿਆਲ ਦਇਆ ਦ੍ਰਿਸ਼ਟ ਦੇ ਪਰ ਕਰੀ, ਉਹਦੀ ਦੀਨਤਾ ਦੇ ਹੈ ਨਾ ਪੰਡਿਤ ਦੀ ਅਧੀਨ ਹੋ ਗਿਆ। ਹੁਣ ਸ਼ਾਮੇ ਪੰਡਿਤ ਦੇ ਉੱਤੇ ਜਿਹੜਾ ਮਹਾਰਾਜ ਦੇ ਸਹੁਰੇ ਦਾ ਪ੍ਰੋਧ ਸੀ, ਦਇਆ ਮਿਹਰ ਦੀ ਨਜ਼ਰ ਕਰਤੀ, ਜਾ ਕੇ ਬੰਦ ਵਿਸਾਲ ਛੁੱਟ ਗਿਆ ਤਤਕਾਲ 'ਤੇ। ਜਗਦੇ ਜੀ ਨੇ ਬੜੇ ਬੜੇ ਬੰਧਨ ਸੀ ਨਾ, ਬਸ ਤੁਰੰਤ ਛੁਟਕਾਰਾ ਹੋ ਗਿਆ। ਚੌਪੀ ਖਿੱਚ ਕੇ ਮੂਲਾ ਪੁਰਖ ਦੇ ਉਹ ਪਰ ਮੂਲ ਚੰਦ ਹੋ ਗਈ ਸਮਝ, ਉਹ ਖਿੱਚ ਕੇ ਨਗਰ ਵੱਲ ਨੂੰ ਆ ਗਿਆ। ਆਹ ਦੁੱਖ ਮਾਨ ਬੇਸੁਮਨ ਫਿਰ ਬੜਾ ਦੁੱਖ ਮਾਨ ਕੇ ਬੜਾ ਹੈਰਾਨ ਹੋਇਆ, ਕਿਤਕ ਦਿਨ ਤਨੀ ਆ ਕੇ ਪਾਸ ਕੋਈ ਦਿਨ ਆਪਣੀ ਸਪੁੱਤਰੀ ਮਾਤਾ ਸੁਲੱਖਣੀ ਹੋ ਰਿਹਾ ਰਹੋ ਆਪਣੇ ਗਏ ਹੋ ਬਸ। ਹਾਂਜੀ ਫਿਰ ਇਸ ਕਰਕੇ ਕਹਿੰਦੇ ਆ ਅਤੇ ਆਪ ਰਿਹਾ ਕਰਨਾ ਗਿਆ ਸ਼੍ਰੀ ਨਾਨਕ ਅਸਥਾਨ ਮਸਾਣਾ, ਸ਼੍ਰੀ ਸਤਿਗੁਰੂ ਜੀ ਮਸਾਣਾ ਦੇ ਅਸਥਾਨ ਵਿੱਚ। ਵੈਸੇ ਮਰੀ ਨੂੰ ਗੋਰ ਮਹਾਨਾ, ਜਿੱਥੇ ਮੜੀਆਂ ਕਬਰਾਂ ਸੀਆਂ ਮਹਾਨ ਉੱਥੇ ਬੈਠੇ। ਜੇ ਨਰ ਜਾਣਾ ਮਨ ਕਛ ਭੇਵਾ, ਜਿਹੜੇ ਮਨ ਦੇ ਕੁਝ ਭੇਦ ਜਾਣਦੇ ਸੀ, ਬੰਧਨ ਕਰ ਗਮਨੇ ਜਗਦੇਵਾ, ਉਹਦਾ ਜਗ ਦੇ ਦੇਵ ਪ੍ਰਕਾਸ਼ ਨੂੰ ਬੰਧਨ ਨਮਸਕਾਰ ਕਰਦੇ ਆ। ਹਾਂਜੀ ਉਹ ਤਾਂ ਫਿਰ ਨਮਸਕਾਰ ਵਗੈਰਾ ਕਰਦੇ ਆ। ਆਸ ਪ੍ਰਕਾਰ ਰਹਿ ਬਹਿਰ ਬਸੀਨੇ, ਇਸ ਤਰ੍ਹਾਂ ਸ਼ਹਿਰ ਤੋਂ ਬਾਹਰ ਆਸਣ ਲਾ ਕੇ ਟਿਕੇ ਰਹਿ। ਬੀਤ ਗਿਆ ਜਾਓ 3 ਮਹੀਨੇ, 3 ਮਹੀਨੇ ਇਸੇ ਤਰ੍ਹਾਂ ਬਤੀਤ ਹੋ ਗਏ। ਲਕਸ਼ਮੀ ਦਾਸ ਜਨਮ ਤਬਲੀ ਨੂੰ, ਬਾਬਾ ਲਕਸ਼ਮੀ ਦਾਸ ਦਾ ਜਨਮ ਹੋਇਆ, ਸਭ ਪਰਿਵਾਰ ਹਰਮਨ ਚੀਨੋ ਸਾਰੇ ਪਰਮ ਬੜੀ ਖੁਸ਼ੀ ਮਨਾਈ। ਹੈ ਭਈ ਸੁਲੱਖਣੀ ਪ੍ਰਾਚ ਦੇਸ਼ਾ ਸੀ, ਜਾਤ ਮਸਲਾਂ ਦੀ ਪਹਿਲੀ ਹਾਲਤ ਵਰਗੀ ਭਾਵ ਭਾਗਾਂ ਵਾਲੀ ਬਣ ਗਈ। ਹੋ ਗਿਆ ਸੂਰਜ ਸਾਹ ਜਨ ਜਸ ਰਾਸੀ, ਜੇ ਤਾਂ ਸੂਰਜ ਭਾਵ ਕੀ ਸ਼੍ਰੀ ਚੰਦ, ਔਰ ਚੰਦਰਮਾ ਭਾਵ ਕੀ ਲਕਸ਼ਮੀ ਦਾਸ। ਇਹ ਪ੍ਰਕਾਸ਼ਮਨ ਹੋ ਗਏ ਹੁਣ, ਸ਼੍ਰੀ ਗੁਰੂ ਤੇ ਟਿਕ ਜਾ ਸੁਣਾਵਾ। ਸ਼੍ਰੀ ਗੁਰੂ ਜੀ ਕੋਲ ਜਾ ਕੇ ਸੁਣਾਇਆ, ਮਨ ਜਨ ਕੋ ਰਸ ਰਸ ਏਕ ਸੁਹਾਵਾ, ਜਿਹਨਾਂ ਦਾ ਮਨ ਇੱਕ ਰਸ ਸੋਭਨੀਕ ਹੋਵ ਰਿਹਾ ਸੀ। ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਪੂਰਬ ਵਿੱਚ ਸੂਰਜ ਚੜ੍ਹਦਾ ਬੜੀ ਚਮਕ ਵਾਲਾ ਹੁੰਦਾ ਨਜ਼ਰ ਆਉਂਦਾ, ਪੂਰਬ ਦੇ ਹਜਤ ਹਾਂਜੀ ਚੰਦ ਚੜ੍ਹਦਾ ਉਹ ਵੀ ਬੜੀ ਚਮਕ ਵਾਲਾ। ਸੱਚੇ ਪਾਤਸ਼ਾਹ ਦਾ ਸਿਓ ਤੇ ਇੱਕ ਰਸ ਆ, ਦੂਰਾ ਪਾਵ ਨਾ ਪਾਵੇ ਪੁਰਬੇ ਖੇ ਅਤ ਪਾਵ ਨੂੰ ਧਿਆਨ। ਉਹਦਾ ਸ਼ਹਿਰ 'ਚ ਪੈਰ ਹੀ ਨਹੀਂ ਪਾਉਂਦੇ, ਚਰਨ ਨਹੀਂ ਪਾਉਂਦੇ, ਜੰਗਲ ਵਿੱਚ ਰਹਿੰਦੇ ਹਨ, ਉਹਨੂੰ ਪਾਵਨ ਪਵਿੱਤਰ ਕਰ ਰਿਹਾ। ਵੈਸੇ ਨੇ ਜਵਾਸਰ ਤਾਂ ਉਧਰੇ ਸਰਬਸੰਸਾਨ ਉੱਥੇ ਬੈਠਦੇ ਆ, ਉਹ ਮਸਾਣਾ ਦਾ ਆਧਾਰ ਹੋ ਰਿਹਾ। ਚੌਪੇ ਮੁਕਤੇ ਪਾਕਿਆ ਸਤਿਗੁਰੂ ਕਹਿਣਾ, ਸਤਿਗੁਰੂ ਹੀ ਮਖਾਰ ਬਚਨ ਬੋਲ ਰਿਹਾ ਹੈ। ਨਾ ਹਿੰਦੂ ਕੋ ਤੁਰਕ ਨਾ ਹੈ ਨਾ, ਨਾ ਕੋਈ ਹਿੰਦੂ ਨਾ ਕੋਈ ਤੁਰਕ। ਹਾਂਜੀ ਇਸ ਵਾਸਤੇ ਕਹਿੰਦੇ ਨਾ, ਨਾ ਹਮ ਹਿੰਦੂ ਨਾ ਮੁਸਲਮਾਨ, ਅਲਹਿ ਰਮ ਕੇ ਪਿੰਡ ਹਾਂਜੀ ਪ੍ਰਾਨ। ਇਹ ਬਚਨ ਕਹੇ ਸੀ, ਜਗ ਮੈਂ ਹਿੰਦੂ ਤੁਰਕ ਨੋ, ਨਾ ਕੋਈ ਹਿੰਦੂ ਹੈ ਨਾ ਕੋਈ ਤੁਰਕ ਹੈ, ਝੂਠੇ ਨਾਮ ਧਰਾਵੇ ਦੋ, ਇਹ ਦੋਨੋਂ ਵੀ ਝੂਠੇ ਨਾਮ ਧਰਾਈ ਫਿਰਦੇ ਹਨ। ਕੋ ਕੋ ਨਾ ਰਹਵੈ ਨਿਕਟ ਸੁਣਦ ਹੈ, ਤੂੰ ਆ ਕੇ ਆਪਣਾ ਕਰੀ ਜਾ ਨਾ, ਕੋਈ ਕੋਈ ਬੰਦਾ ਨੇੜੇ ਆ ਕੇ ਸੁਣ ਰਿਹਾ। ਪਰ ਮੈਂ ਆਪਣਾ ਮਿਲਤ ਪੰਨ ਹੈ, ਅਤੇ ਨਗਰ ਜਿਹੜੇ ਮਿਲਦੇ ਆ ਉਹਨਾਂ ਨੂੰ ਕਹਿੰਦੇ ਹਨ। ਇਹ ਬਿਧ ਸੁਣੀ ਸਰਵਨ ਜੀ ਕਾਜੀ, ਕਾਜੀ ਨੇ ਇਹ ਵਿਧੀ ਦੇ ਬਚਨ ਉਲਾਦ ਸੁਣੇ। ਗਮਨ ਨਿਕਟ ਵੇਖ ਤਨ ਭਾਜੀ, ਫਿਰ ਭੇਸ ਬਦਲ ਕੇ ਉਹ ਜਿਹੜਾ ਕਾਜੀ ਸੀ ਨਾ ਹਾਂਜੀ ਉਹ ਮਹਾਰਾਜ ਦੇ ਕੋਲ ਆ ਗਿਆ। ਹਾਂਜੀ ਫਿਰ ਜਿਹੜਾ ਜਦੋਂ ਕੰਨਾਂ ਨਾਲ ਸੁਣਿਆ ਗਬਨੋ ਨਿਕਟ,
ਨੇੜੇ ਗਿਆ ਬੇਖ ਤਨ ਭਾਜੀ, ਹਾਂਜੀ ਫਿਰ ਆਪਣੇ ਸਰੀਰ ਦਾ ਬੇਖ ਜਿਹੜਾ ਸੀ ਭਾਜੀ ਮੈਨੇ ਬਦਲ ਕੇ ਕਛਕ ਮਨ ਜਿੱਥੇ ਸੰਗ ਸੁਧਾਰੇ, ਕੁਝ ਬੰਦੇ ਉਹਦੇ ਨਾਲ ਗਏ। ਵੈਸੇ ਸ਼੍ਰੀ ਗੁਰੂ ਨਾਨਕ ਨੇ ਹਾਰੇ ਜਿੱਥੇ ਪਾਤਸ਼ਾਹ ਬੈਠੇ ਦੇਖਿਆ ਕਿ ਆਨੰਦ ਬੈਨ ਬਖਾਨ ਤੋਂ ਸੋ ਉਹ ਮੂੰਹ ਤੋਂ ਕੋਈ ਸ਼ਬਦ ਕਹੇ ਨਾ ਹਿੰਦੂ ਕੋ ਤੁਰਕ ਨਾ ਕੋ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਦੋਹਰਾ ਨਿਕਟ ਵੈਸ ਕਾਜੀ ਕਹੇ ਅਸ ਕਸ ਕਰ ਦੋ ਖਾਨ, ਨੇੜੇ ਬਹਿ ਕੇ ਕਾਜੀ ਕਹਿਣ ਲਾ ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਇਹ ਬਚਨ ਉਲਾਸ ਕਰ ਰਹੇ ਹੋ, ਹਿੰਦੂ ਤੁਰਕ ਨਾ ਜਗਤ ਮੈਂ ਹਮ ਕਿਉਂ ਸਕਿਆ ਪਛਾਣ, ਕਿ ਸੰਸਾਰ ਨਾ ਕੋਈ ਹਿੰਦੂ ਆ ਨਾ ਮੁਸਲਮਾਨ, ਇਹ ਗੱਲ ਕਿਵੇਂ ਪਛਾਣ ਸਕੀ ਦੀ ਹੈ। ਚੋ ਭਈ ਜੈਂ ਤਾਂ ਜਗ ਮੈਂ ਦਿਸਿਆ ਦੋ, ਜਿੱਥੇ ਕਹਿੰਦੇ ਸੰਸਾਰ 'ਚ ਹਿੰਦੂ ਵੀ ਦਿਸ ਰਿਹਾ ਆ ਮੁਸਲਮਾਨ ਵੀ ਨਜ਼ਰ ਆ ਰਿਹਾ, ਹਿੰਦੂ ਮੁਸਲਮਾਨ ਨਰ ਦੋ, ਹਿੰਦੂ ਅਤੇ ਮੁਸਲਮਾਨ ਦੋ ਹੀ ਤਰ੍ਹਾਂ ਦੇ ਪੁਰਖ ਹਨ, ਤੁਮਰੇ ਕਹਿਣ ਸੰਦੇਹ ਹਮਾਰੇ, ਤੁਹਾਡੀ ਗੱਲ ਕਹੀ ਹੋਈ ਸਾਨੂੰ ਸ਼ੰਕਾ ਹੈ, ਉੱਤਰ ਦੀ ਜਾ ਰਿਹਾ ਵਿਚਾਰੇ, ਆਪਣੇ ਹਿਰਦੇ ਵਿਚਾਰ ਕੇ ਇਸ ਗੱਲ ਦਾ ਉੱਤਰ ਦੇਣਾ ਕਰੀਏ। ਲੋਕ ਬਲੋਕ ਸ਼੍ਰੀ ਗੁਰੂ ਹੋਰਾ ਲੋਕ ਸਤਿਗੁਰ ਵੇਖ ਰਹੇ ਆ, ਚਾਹੁੰਦੇ ਭੀੜ ਪਈ ਅਤੇ ਠੋਰਾ ਉਸ ਜਗ੍ਹਾ ਮਹਾਰਾਜ ਦੇ ਚਾਰ ਚੁਫੇਰੇ ਬੜੀ ਭੀੜ ਭਾੜ ਹੋ ਗਈ, ਕਿਉਂ ਲੋਕ ਤਮਾਸ਼ਬੀਨ ਬਥੇਰੇ ਇਕੱਠੇ ਹੋ ਜਾਂਦੇ ਆ। ਦਰਸ਼ਨ ਦਾਸਾਂ ਦੀਨ ਦਿਆਲਾ ਦੀਨਾਂ ਦੇ ਦਇਆ ਦਰਸ਼ਨ ਕਰ ਰਹੇ ਆ, ਦੀਨਾਂ 'ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਦੇ, ਜਿਹਨੇ ਕਿ ਇਹ ਸ਼ਰਧਾ ਅਤੇ ਦੁੱਖ ਟਾਲਾ, ਜਿਹਨੇ ਸ਼ਰਧਾ ਤਾਰੀ ਉਹਨਾਂ ਦੇ ਦੁੱਖਾਂ ਦਾ ਟਾਲਾ ਹੋ ਗਿਆ। ਕਾਜੀ ਵੱਲ ਸੁਣ ਪੰਕਜ ਵਧਨ ਕਾਜੀ ਦੇ, ਹਾਂਜੀ ਹਾਂਜੀ ਕਾਜੀ ਜਿਹੜਾ ਉਹ ਕਬਲ ਵਰਗਾ ਮੁਖੜਾ ਸਤਿਗੁਰੂ ਬਚਨ ਸੁਣ ਗਿਆ ਸੀ। ਕਮਤ ਕਦਨ ਸੁੱਖ ਕਰਨਾ ਸਦਨ, ਕੋਟੀ ਮਾਂ ਕੱਢਣ ਵਾਲੇ ਸੁੱਖਾਂ ਦੇ ਸਦਨ, ਘਰ ਕਰਨਾ ਕਿਰਪਾ ਦੇ ਘਰ, ਕਹੇ ਉਸ ਲੋਕ ਹਿੱਤ ਸਮਝਾਵਨ। ਇਹਨੂੰ ਸਮਝਾਉਣ ਵਾਸਤੇ ਸ਼ਲੋਕ ਕਿਹਾ ਮਤ ਮੰਦਨ ਸ਼ੁਭ ਮਾਰਗ ਪਾਵਨ, ਜਿਹੜੇ ਬੁੱਧੀ ਦੇ ਮਤ ਮੰਦਨ ਨਾਲ ਉਹਨਾਂ ਨੂੰ ਸ਼ੁਭ ਰਸਤੇ ਦੇ ਪਾਉਣ ਵਾਸਤੇ ਸਤਿਗੁਰੂ ਜੀ ਨੇ ਫਿਰ ਜਿਹੜਾ ਸਲੋਕ ਹੈ ਉਹ ਕਿਹਾ ਹੈ। ਇਹਨਾਂ ਨੂੰ ਸਮਤ ਦੇਣ ਵਾਸਤੇ ਮਹਾਰਾਜ ਨੇ ਫਿਰ ਸਲੋਕ ਜਿਹੜਾ ਉਹ ਕਿਹਾ ਕਿ ਭਾਈ ਗੁਰੂ ਪਿਆਰਿਓ ਕਿ ਇਹਦਾ ਕੀ ਭਾਵ ਆ, ਉਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਆ। ਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਨ ਮੁਸ਼ਕਲ ਜਾ ਹੋਵੇ ਤਾਂ ਮੁਸਲਮਾਨ ਕਹਾਵੇ। ਪਾਤਸ਼ਾਹ ਕਹਿੰਦੇ ਹਨ ਕਿ ਮੁਸਲਮਾਨ ਕਹਾਉਣ ਹੈ ਤਾਂ ਬੜਾ ਮੁਸ਼ਕਲ ਆ, ਪਰ ਜੇ ਅੱਗੇ ਕਹੇ ਗੁਣ ਹੋਣ ਤਾਂ ਮੁਸਲਮਾਨ ਕਹਾ ਸਕਦਾ। ਉਹ ਕਿਹੜੇ ਗੁਣ ਆ? ਪਾਤਸ਼ਾਹ ਉੱਤਰ ਦਿੰਦੇ ਕਹਿੰਦੇ ਮੁਸਲਮਾਨ ਕਹਾਉਣਾ ਤਾਂ ਸੌਖਾ ਆ, ਹਾਂਜੀ ਮੁਸ਼ਕਲ ਇਹ ਹੈ ਬੜੀ ਭਾਰੀ, ਹਾਂਜੀ ਜੇ ਕਹਿੰਦੇ ਆਹ ਗੁਣ ਹੋਣ ਜਿਹੜੇ ਦੱਸਣਗੇ ਫਿਰ ਤਾਂ ਮੁਸਲਮਾਨ ਹੋ ਸਕਦਾ, ਅਤੇ ਗੱਲਾਂ ਬਾਤਾਂ ਉਹਨਾਂ ਨੇ ਅਵਲ ਔਲ ਦੀਨ ਕਰ ਮਿੱਠਾ ਮੁਸਕਲ ਮਨ ਮਾਲ ਮੁਸਾਵਾ, ਅਵਲ ਸਾਰਿਆਂ ਤੋਂ ਪਹਿਲਾਂ ਔਲ, ਔਲ ਹੀ ਹੈ ਕੌਣ? ਪੀਰ, ਹਾਂਜੀ ਉਹਨਾਂ ਦਾ ਚਲਾਇਆ ਜਿਹੜਾ ਦੀਨ ਧਰਮ ਹੈ ਉਹਨਾਂ ਦਾ ਹੁਕਮ ਮਿੱਠਾ ਕਰਕੇ ਮੰਨੇ, ਔਰ ਮਨ ਹੰਕਾਰ ਨੂੰ ਮਸਕਲ ਮੰਨੇ, ਹਾਂਜੀ ਮਾਂਜਣਾ ਕਰੇ, ਔਰ ਪਰਮੇਸ਼ੁਰ ਦੇ ਨਿਮਿੱਤ ਜਿਹੜਾ ਮਾਲ ਧਨ ਮਸਾਵੇ ਮੈਨੂੰ ਲਟਾ ਦੇਵੇ, ਲੰਗਰ ਪਾਣੀ ਦਾਨ ਪੁੰਨ ਕਰ ਦੇਵੇ, ਪਰਉਪਕਾਰ ਵਾਸਤੇ ਜਿਹੜੇ ਹਾਂਜੀ ਲੋੜਕਾਰ ਆ ਉਹਨਾਂ ਦੇ ਉੱਤੇ ਖਰਚ ਕਰੇ, ਉਹਨਾਂ ਦੀ ਸਹਾਇਤਾ ਕਰੇ, ਫਿਰ ਤਾਂ ਭਾਈ ਮੁਸਲਮਾਨ ਹੋਇਆ ਅਤੇ ਗੱਲਾਂ ਬਾਤਾਂ ਨਾ ਨਹੀਂ ਹੋਏ ਮੁਸਲਮ। ਦੀਨ ਮਹਾਣੇ ਮਰਨ ਜੀਵਨ ਕਾ ਪਰਮ ਜੁਗਾ, ਜਿਹੜਾ ਦੀਨ ਧਰਮ ਦੇ ਮਹਾਣੇ ਕੌਣ? ਮਲਾ ਜਿਹੜੇ ਆਗੂ ਬਣੇ ਆ। ਫਿਰ ਕਹਿੰਦੇ ਉਹਨਾਂ ਦੇ ਹਾਂਜੀ ਮੁਸਲਿਮ ਉਹਨਾਂ ਦੇ ਸਨਮੁਖ ਖੁੱਲ੍ਹ ਹੋ ਜਾਏ, ਔਰ ਜੰਮਣ ਵਾਲਾ ਜਿਹੜਾ ਭਰਮ ਆ ਉਹ ਦੂਰ ਕਰ ਦੇਵੇ। ਰੱਬ ਕੀ ਰਜਾਇ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗੋ, ਪਰਮੇਸ਼ੁਰ ਦਾ ਜਿਹੜਾ ਹੁਕਮ ਉਹਨੂੰ ਸਿਰ 'ਤੇ ਮੰਨੇ, ਆਗਿਆ ਨੂੰ ਰਜਾ ਨੂੰ ਪ੍ਰਵਾਨ ਕਰ ਲੈ, ਕਰਤਾ ਪੁਰਖ ਪਰਮੇਸ਼ੁਰ ਆ ਉਹਦਾ ਸਾਰਾ ਕੁਛ ਮੰਨੇ, ਆਪਣੀ ਜਿਹੜੀ ਮੇਰ ਬਿਰਤੀ ਪਕੜਿਆ ਨਾ ਇਹਨੂੰ ਗਵਾ ਦੇਣਾ ਕਰੇ। ਤਾਂ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਖਾਵੇ। ਪਾਤਸ਼ਾਹ ਜੇ ਸਾਰੇ ਜੀਆਂ 'ਤੇ ਇਸ ਤਰ੍ਹਾਂ ਮਿਹਰ ਕਰਨ ਵਾਲਾ ਬਣ ਜਾ ਜਿਹੜੇ ਉੱਪਰ ਕਹੇ ਗੁਣ ਆ, ਜੇ ਉਹਦੇ ਵਿੱਚ ਇਹ ਹੋਣ ਤਾਂ ਫਿਰ ਕਦੋਂ ਹੈ? ਤਾਂ ਹੀ ਉਹ ਆਪਣੇ ਉਹਨੂੰ ਮੁਸਲਮਾਨ ਕਹਾ ਸਕਦਾ। ਉਵੇਂ ਕਿ ਮੁਸਲਮਾਨ ਆ ਗੁਣ ਹੈ ਨਹੀਂ, ਅਤੇ ਮੁਸਲਮਾਨ ਕਿਵੇਂ ਕਹਾ ਸਕਦਾ? ਉਹ ਮੈਂ ਨਹੀਂ ਕਹਾ ਸਕਦਾ। ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਦ ਮੁਸੱਲਾ ਹੱਕ ਹਲਾਲ ਕੁਰਾਨ। ਫਿਰ ਪਾਤਸ਼ਾਹ ਕਹਿੰਦੇ ਆ 140 ਪੰਨੇ ਦੇ ਉੱਤੇ ਇਹ ਬਾਣੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਅਤੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਮਿਹਰ ਜਿਹੜੀ ਦਇਆ ਕਰਨੀ ਇਹਨੂੰ ਤਾਂ ਮਸੀਤ ਬਣਾ ਦਾ, ਜਿਹੜਾ ਭਰੋਸਾ ਇਹਨੂੰ ਮਸੱਲਾ, ਉਹ ਜਿਹੜੀ ਫੂੜੀ ਜਿਹੀ ਹੁੰਦੀ ਹੈ
ਵਿਛਾ ਕੇ ਜਿਹਤੇ ਨਾ ਇਹ ਨਵਾਜ਼ ਪੜ੍ਹਦੇ ਆ ਉਹਨੂੰ ਮਸਾਲਾ ਕਹਿੰਦੇ ਆ, ਆਸਣ ਕਹਿ ਦਿਓ। ਹਾਂਜੀ, ਉਹ ਇਹ ਕਰ ਲਵੇ ਹੱਕ ਹਲਾਲ, ਜਿਹੜਾ ਹੱਕ ਹਲਾਲ ਦਾ ਖਾਣਾ ਇਹ ਕੁਰਾਨ ਦਾ ਪੜ੍ਹਨਾ ਹੈ। ਹਾਂਜੀ, ਸਰਮ ਸੁਣ ਸੀ ਲੋ ਜਾ ਹੋ ਮੁਸਲਮਾਨ। ਹਾਂਜੀ, ਅਤੇ ਜਿਹੜਾ ਬਰਾਗ ਰੂਪੀ ਹੈ ਸੁਣਦ ਕਰੇ, ਜਿਹਨੇ ਮਨ 'ਚ ਬਰਾਗ ਧਰਨਾ ਸੁਣਦ ਕਰੇ, ਅਤੇ ਜੇ ਮਨ 'ਚ ਬਰਾਗ ਨਹੀਂ ਧਾਰਿਆ ਤਾਂ ਸੁਣਦ ਕੀ ਕਰੇਗੀ। ਜਿਹੜਾ ਸੀਲ ਸੀਲ ਸੁਭਾਅ ਹੈਗਾ ਇਹ ਰੋਜ਼ਾ ਰੱਖਣਾ, ਕਹਿੰਦੇ ਸੀਲ ਰੋਜ਼ਾ, ਰੋਜ਼ੇ ਰੱਖਦੇ ਨਾ ਵਰਤ ਰੱਖਦੇ ਆ ਠੀਕ। ਹਾਂਜੀ, ਇਸ ਵਾਸਤੇ ਰੋਜ਼ੇ ਰੱਖੇ। ਔਰ ਫਿਰ ਉਹ ਮੁਸਲਮਾਨ, ਹਾਂਜੀ ਫਿਰ ਕਹਿੰਦੇ ਇਹੋ ਜਿਹਾ ਮੁਸਲਮਾਨ ਬਣ ਜਾਵੇ ਤਾਂ ਠੀਕ ਆ, ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ਼ ਜਿਹੜੀ ਕਰਨੀ ਭਗਤੀ ਕਰਨੀ ਆ, ਇਹ ਕਾਬਾ ਮੰਦਰ ਬਣਾ ਲਿਆ ਮੱਕੇ ਦਾ, ਸੱਚੇ ਨਿਰੰਕਾਰ ਨੂੰ ਪੀਰ ਬਣਾ ਲਿਆ ਸੱਚ ਪੀਰ, ਹਾਂਜੀ ਕਲਮਾ ਕਰਮ ਨਵਾਜ਼ ਦਿਲ ਨੂੰ ਨਿਸ਼ਕਾਮ ਕਰਮ ਕਰਨ ਰੂਪੀ ਕਲਮ, ਨਿਮਰਤਾ ਰੂਪੀ ਨਵਾਜ਼ ਪੜ੍ਹੇ। ਕਲਮਾ ਇਹਨਾਂ ਦਾ ਮੰਤਰ ਆ ਨਾ, ਜਿਵੇਂ ਆਪਣਾ ਮੂਲ ਮੰਤਰ ਆ, ਇਹਨਾਂ ਦਾ ਜਿਹੜਾ ਕਲਮਾ ਮੰਤਰ ਆ ਉਹਨੂੰ ਕਲਮਾ ਕਹਿੰਦੇ ਆ। ਇਸ ਵਾਸਤੇ ਐਸਾ ਗੁਣ ਧਾਰੇ ਫਿਰ ਤਾਂ ਭਾਈ ਮੁਸਲਮਾਨ ਬਣ ਜਾਏਗਾ। ਤਸਵੀ ਸਾਧ ਸੁਭਾਵ ਸੀ ਨਾਨਕ ਰੱਖੇ ਇਲਾਜ। ਫਿਰ ਪਾਤਸ਼ਾਹ ਕਹਿੰਦੇ ਆ ਕਿ ਐਸੇ ਨਿਰੰਕਾਰ ਨੂੰ ਜਿਹੜਾ ਭਾ ਜਾਣਾ ਇਹ ਤਸਵੀ ਮਾਲਾ ਹੈ, ਜਿਹੜਾ ਐਸੇ ਗੁਣ ਧਾਰਨ ਵਾਲਾ ਗੁਰਮੁਖ ਪਿਆਰਾ ਉਹਦੀ ਪਰਮੇਸ਼ਰ ਪੱਥ ਇੱਜ਼ਤ ਰੱਖਦਾ ਹੈ। ਹਾਂਜੀ, ਮਹੱਲਾ ਪਹਿਲਾਂ ਹੁਣ ਹਿੰਦੂਆਂ ਪ੍ਰਤੀ ਕਹਿ ਰਿਹਾ। ਹਿੰਦੂ ਮੂਲੇ ਭੂਲੇ ਉਹ ਖੁੱਟੀ ਜਾਹੀ, ਨਾਰਦ ਕਹਿਆ ਸੀ ਪੂਜਾ ਕਰਾਏ। ਇਹ 556 ਅੰਗ 'ਤੇ ਪਾਤਸ਼ਾਹ ਨੇ ਕਿਰਪਾ ਕੀਤੀ ਮਹੱਲਾ ਪਹਿਲਾਂ। ਹਿੰਦੂ ਮੂਲੇ ਭੁੱਲੇ ਉਹ ਖੁੱਟੀ, ਜਿਹੜੇ ਹਿੰਦੂ ਆ ਇਹ ਮੂਲ ਮੁੜ ਤੋਂ ਪਰਮਾਤਮਾ ਵੱਲੋਂ ਭੁੱਲੇ ਹੋਏ ਹੈ। ਔਰ ਫਿਰ ਭੁੱਲ ਭੁੱਲ ਕਰਕੇ ਉਹ ਖੁੱਟੇ ਉਹ ਖੁੱਟੀ ਮੁਗਦੇ ਨਿਸਫਲ ਚਲੇ ਜਾ ਰਹੇ। ਨਾਰਦ ਕਹਿ ਪੂਜ ਕਰੇ, ਜਿਹੜਾ ਨਾਰਦ ਮੁਨੀ ਨੇ ਪੱਥਰਾਂ ਦੀ ਪੂਜਾ ਮੂਰਤੀ ਪੂਜਾ ਕਹੀ ਹੈ ਨਾ, ਪ੍ਰੇਮਾ ਭਗਤੀ, ਉਹ ਪ੍ਰੇਮਾ ਭਗਤੀ ਛੱਡਤੀ, ਮੂਰਤੀ ਪੂਜਾ ਪੱਥਰਾਂ ਦੀ ਪੂਜਾ ਕਰਨ ਲੱਗ ਪਿਆ। ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਣੀ ਪਾਏ ਤਾਂ ਕਿ ਕਾਲ ਜਾਈ ਜਾਏ, ਪੱਥਰਾਂ ਦੀ ਪੂਜਾ ਕਰਨ ਲੱਗ ਕੇ ਹੱਦ ਅਸੀਂ ਪ੍ਰੇਮਾ ਭਗਤੀ ਨੂੰ, ਉਹ ਪੱਥਰਾਂ ਦੀ ਪੂਜਾ ਕਰਨ ਲੱਗ ਪਿਆ। ਅੰਧੇ ਗੁੰਗੇ ਅੰਧਾਂ ਦਾ, ਉਹ ਜਿਹੜੇ ਮਨਮੁਖ ਲੋਕ ਅੰਨੇ ਆ ਗੁੰਗੇ ਆ, ਹਾਂਜੀ ਉਹਨਾਂ ਨੇ ਅੰਧੇ ਅੰਦਰ ਅਗਿਆਨਤਾ ਦਾ ਹਨੇਰਾ ਆ। ਹਾਂਜੀ, ਅਤੇ ਨਾਰਦ ਨੇ ਕਿਹਾ ਸੀ ਉਹ ਪੂਜਾ ਕਰ ਰਿਹਾ, ਮੂਰਤੀ ਪੂਜਾ ਦੇ ਸੀ, ਮੂਰਤੀ ਪੂਜਾ ਕਰਨ ਲੱਗ ਪਿਆ। ਇਸ ਵਾਸਤੇ ਹੈਂ ਇਹ ਜਿਹੜਾ ਪੰਜ ਰਾਤਰ ਗ੍ਰੰਥ ਆ ਉਹਦੇ 'ਚ ਇਸ ਤਰ੍ਹਾਂ ਦੀ ਪੂਜਾ ਜਿਹੜੀ ਦੱਸੀ, ਅੰਧੇ ਆ ਗੁੰਗੇ ਆ ਅੰਧਾਰ ਅਗਿਆਨਤਾ ਦੇ ਹਨੇਰੇ 'ਚ ਵਿਚਰ ਰਹੇ, ਪਾਥਰਲੀ ਪੂਜਾ ਮੋਦੂਆ ਉਹ ਮੂਰਖ ਜਿਹੜੇ ਆ ਹੈਂ ਪੱਥਰ ਦੇਵੀ ਦੇਵਤਿਆਂ ਦੀ ਮੂਰਤੀਆਂ ਲੈ ਕੇ ਪੂਜਦੇ, ਉਹ ਜਾਂਪ ਡੁੱਬੇ ਤੁਮਕਾਂ ਤਾਂ, ਉਹ ਪੱਥਰ ਹੁਣ ਪਾਣੀ ਰੱਖੇ ਆਪ ਡੁੱਬ ਗਿਆ, ਤੁਹਾਨੂੰ ਦੱਸ ਤਾਰਨ ਵਾਲਾ ਕਿਵੇਂ ਬਣ ਸਕਦਾ, ਤੁਹਾਨੂੰ ਕਿਵੇਂ ਤਾਰੇਗਾ। ਦੋਹਰਾ ਮੁਸਲਮਾਨ ਮਗ ਹਿੰਦੂ ਕੋ ਅਸ ਵੇਲੇ ਉਹ ਪਛਾਣ, ਮੁਸਲਮਾਨ ਹਿੰਦੂਆਂ ਦਾ ਇਸ ਤਰ੍ਹਾਂ ਦਾ ਧਰਮ ਆ, ਹੈਂ ਇਹਦੀ ਇਸ ਪ੍ਰਕਾਰ ਪਛਾਣ ਕਰ ਲਓ। ਕਰਮ ਨਾ ਸ਼ੁਭੀ ਕਰ ਹੀ ਉਹ ਝੂਠੇ ਨਾਮ ਬਖਾਨ, ਸ਼ੁਭ ਕਰਮ ਤਾਂ ਕਰਦੇ ਨਹੀਂ, ਹੈਂ ਝੂਠੇ ਨਾਂ ਰੱਖੇ ਹੋਏ ਆ। ਇਸ ਤਰ੍ਹਾਂ ਮਹਾਰਾਜ ਨੇ ਦੱਸਿਆ ਹੈ ਸਾਰਾ। ਚੌਵੀ ਮਗ ਭੁੱਲੇ ਫਿਰ ਹੀ ਉਹਦੇ ਨਾਲ ਦੋਵੇਂ, ਜਿਵੇਂ ਜੰਗਲ 'ਚ ਕੋਈ ਹੋਣਾ ਰਸਤਾ ਭੁੱਲ ਜਾਏ ਅਤੇ ਭਟਕਦਾ ਫਿਰਦਾ, ਇਸ ਤਰ੍ਹਾਂ ਹੀ ਕੈਸੇ ਪਹੁੰਚਿਆ ਸੁੱਖ ਅਸਥਾਨ, ਉਹ ਸੁੱਖ ਦੇ ਅਸਥਾਨ 'ਤੇ ਭਲਾ ਕਿਵੇਂ ਪਹੁੰਚ ਸਕਦੇ। ਸੁਣ ਕਰ ਗਾਜੀ ਲਾਜਤ ਹੋ, ਜਦੋਂ ਕਾਜੀ ਨੇ ਸੁਣਿਆ ਨਾ ਬੜਾ ਸ਼ਰਮਿੰਦਾ ਜਿਹਾ ਹੋਇਆ, ਪਹਿਲਾਂ ਤਾਂ ਬੜਾ ਹਾਂਜੀ ਨਾਸਾਈਆਂ ਚੌੜੀਆਂ ਕਰ ਕਰ ਬੋਲਦਾ ਸੀ, ਹੁਣ ਹੀ ਗੱਲ ਆਉਂਦੀ ਜਿਉਂ ਰੱਬ ਅੱਗੇ ਰਿੰਗਣ ਜੋਤ, ਜਿਵੇਂ ਸੂਰਜ ਦੇ ਅੱਗੇ ਨਾ ਫਿਰ ਟਣਾਣਾ ਦੇਖਦਾ ਵੀ ਹੁਣ ਕੀ ਕਰੂਗਾ, ਸੂਰਜ ਅੱਗੇ ਟਣਾਣੇ ਦੀ ਲੋ ਕੀ ਕਰੇਗੀ, ਹੈਂ ਸ਼ਰਮਿੰਦਾ ਹੀ ਹੋਣਾ ਨਾ ਬੋਲਿਓ ਕਾ ਤੂਸ਼ਣ ਪੈ, ਹੁਣ ਬੋਲਿਆ ਨਹੀਂ ਮੁੜ ਕੇ, ਚੁੱਪ ਹੋ ਗਿਆ। ਉੱਤਰ ਆਪ ਨਾ ਉੱਠ ਕਰ ਗਏ, ਉੱਤਰ ਮਾਰੇ ਬਚਨ ਮੂਹਰੇ ਆਇਆ ਨਹੀਂ, ਹੁਣ ਸ਼ਰਮਿੰਦਾ ਜਾ ਘਰ ਨੂੰ ਚਲੇ ਗਿਆ। ਕੋ ਨਰਨੂਤੀ ਕੋ ਨਿੰਦਾ ਕਰੀ, ਕਈ ਬੰਦੇ ਨੁੱਤ ਉਸਤਤ ਕਰਦੇ ਆ, ਕਈ ਨਿੰਦਿਆ ਕਰਦੇ। ਮੂਰਖ ਸਮਝਣਾ ਪਾਇਨ ਪਰ ਹੀ, ਮੂਰਖ ਸਮਝਦੇ ਨਹੀਂ, ਸਤਿਗੁਰਾਂ ਦੇ ਚਰਨੀ ਪੈ ਕੇ ਗਿਆਨ ਨਹੀਂ ਲੈਂਦੇ ਹਨ। ਭਾਵ ਭਗਤ ਅਜਿਹੇ ਜਗ ਪ੍ਰਗਟਾਨਾ, ਜਿਹਨਾਂ ਨੇ ਪ੍ਰੇਮਾ ਭਗਤੀ ਸੰਸਾਰ 'ਤੇ ਪ੍ਰਗਟ ਕੀਤੀ, ਵੈਸੇ ਰਹਿ ਮਸਾਨ ਸਥਾਨਾ, ਮਸਾਨ ਦੇ ਸਥਾਨ 'ਚ ਬੈਠੇ ਰਹੇ, ਅਤੇ ਸ਼ਨੋ ਤੋਂ ਭਗੀਰਥ ਪਾਸੂ, ਉਸ ਵੇਲੇ ਭਾਈ ਭਗੀਰਥ ਹੇੜ ਮਲਸੀਹਾਂ ਵਾਲੇ ਦਾਤਣ ਲਿਆਉਂਦੇ ਕੋਲ ਸੀ, ਦਰਸ਼ਨ ਕਾਏ ਕਰਤ ਪਾਏ ਸੁਖ ਰਾਸੂ, ਸੁੱਖਾਂ ਦੀ ਰਾਸੀ ਦੇ ਦਰਸ਼ਨ ਕਰਕੇ ਸੁੱਖ ਪਾ ਰਹੇ ਸੀ। ਆਵਾ ਮਨ ਸੁਖ ਪ੍ਰੇਮ ਮੰਗਾ, ਫਿਰ ਭਾਈ ਮਨ ਸਿੰਘ ਬੜੇ ਪ੍ਰੇਮ ਉਤਸ਼ਾਹ ਨਾਲ ਆਏ,
जे मन चढ़ो नाम को रंगा, जिन्हां दे मन नूं परमेश्वर दे नाम दा रंग चढ़ गया सी, हाथ बंद के बंधन कीनी, दोवें हाथ जोड़ के नमस्कार कीती, पर उह दंडवत मात्र सपीनी, डंडे मूं लंबा पै गया और बुद्धि प्रेम रस विच भिजी होई सी। सत करतार कही सुख रासू, पातशाह नूं सत करतार कहा, बूझी सुखां दे रासी ने, बूझी कुशल सरपुनतासू, पुनः तास तिस तों राजी खुशी सारी तरह पुछी, गद वह कर बैठ समीपा, गदगद बहुत खुश हो के महाराज को बैठ गया, बोलियो बचन तवै कुलदीपा। फिर उस वेले मन सुख ने कहा, हे कुल दे दीप प्रकाशक, सर्व कुछ ले पी दर्श तुम्हारे, आप जी दर्शन करके सारी तरह दी खुशियां खेड़े हैं, मुझ तन मन के कष्ट में तुसी महाराज कृपा करके मेरे मन बने शरीर के सारे दुख दूर कर दते हैं। चलो चाहे तो मैं परदेस हाँ, हूँ महाराज मैं परदेस जाना चाहता हाँ, भी उपार ली श्री मुखिया पाए निदेश, आप जी ने मुखार बिन तो आग्ञा लैन वास्ते आया हाँ। बंज खेप को परकर भारी, वो व्यापार की बहुत वड्डी खेप जिहड़ी पूंजी है वो भर करके बहुत भारी, जाओ संगला दी मजारी, हूँ संगला दीप जड़ा टापू है उधर मैं जावांगा, हवै है दिन वो बिरोप तुम्हारा, पर मारा हूँ बहुत दिन आप जी नाल बछोड़ा बर्दाश्त करना पड़ेगा, उचरो आप शब्द सुख सारा, आप कृपा करके सुख देने वाला जड़ा शब्द बख्शो, मैं लिख लियो पढ़ो निज नेम, वो मैं लिख लवाँगा ते नेम ना पढ़ांगा, जिंदे वधे गुरु भगत प्रेम, जिन्हों पढ़ के सतगुरां दे चरणों का प्यार बध जाए, सुनकर बचन दीन दुख भंजन, दीना दे दुखों नूं भंजन नास करन, बचन सुन के उचरे उचरे शब्द जन रंजन, उन्होंने मन नूं रंजन प्रसन्न करन लई शब्द उचारिया, श्री करतार गुरु वडियाई, श्री करतार सतगुरु वडियाई, भगत बरागत है ज्ञान मलाई, जड़े भगती ज्ञान मिला के कह रहे हैं, अस बाणी मन सुख लीनी, ऐसी बाणी भाई मन सुख जी ने लिख ली, पढ़कर परम प्रेम मत पीनी, कोई शब्द पढ़ के बुद्धि जड़ी सी प्रेम न भिज गई, बहरों बोले गुरु उदारा, फिर सतगुर बड़ा आदारचित हो के बचन बोले, मजो निशा जम छो बारा, कहिंदे तड़के उठ के अमृत वेले तुसी शनान करना है, हाँ जी और शुभ बारा, हाँ जी सवेरे स्वागत उठ के पैर रात रहिंदिआं फिर पवित्र जल न बारा मैंने शुभ बारा पवित्र जल शनान करना है, ता जाल से जागो ते काला, आल छड़ के फिर समय नाल जागना करो, पढ़ो तो विफल हो तो विसाला, जदों बाणी पढ़ोंगे तुहानूं बड़ा विशाल फल मिलेगा, एक मन होया कै प्रीत समेता, एक मन हो के प्रेम नाल गुणों तो पावो ब्रह्म निकेता, जदों गुणों विचारोंगे ब्रह्म दा निकेत परमेश्वर दा घर सचखंड पा लोगे, करो तिहावल होवत भोरा, फिर तुसी एक मन प्रीत करके अमृत वेले, हाँ जी कड़ा प्रशय देख करनी है, पाठ अरदास जोगम कर जोरा, दुमे हाथ जोड़ के फिर अरदास करनी है, बौर बांट आचमन जी कीजे, फिर भोग लुआ के अरदास करके सारी संग बंड के, हाँ जी अपना आप छको देव सो गए बन जाए मन दीजे, जदों दिन चढ़ जाए फिर बन जो पारच मन देना करो, संध्या काल पढ़ो बहोरी, संध्या समय रह रह दे शब्द पढ़ो, मतन रखो भगतें थोरी, फिर अपनी जड़ी बुद्धि सदा भगती विच डबोई रखो, बोरी मैंने डबो रखो, जब को अटक जाए बड़ कम, जब तुहाडा को बड़ा कम अटक जाए रुक जाए, सिमरो सतगुरु है सुख काजू, फिर सतगुरों नूं चेते करो सारे कार तुहाडे पूरे हो जाणगे, आस पर का सुन उपदेशा, इस तरह उपदेश सुन के गमनों सतगुर पाए निदेशा, सतगुर निदेश आग्ञा पा के घर चले गए, गए संगला दी स्थान, उस तों बाद संगला दी व्यापार करन वास्ते चले गए, बहुत भगीरथ को गुण खाना, फिर पुना बाद विच गुणा दी खान, भाई भगीरथ जी नूं हुक्म कीता आयुष दिन सदन अपजावो, कहिंदे हुण तुसीं घर चल जाओ, हिरदे सदा नाम लिबलावो, हिरदे सदा वास्ते नाम विच लिबरती लाउणा करिए, इह श्री गुरु नानक प्रकाश दे पूरा दे मूले प्रसंग लखमी दास जन्म मन सुख भगीरथ गवन प्रसंग वर्णन नाम तीसवां हां जी अध्याय तीसरा त्याग संपूर्ण होया। वाहेगुरु जी का खालसा, वाहेगुरु जी की फतेह।